ਮਾਈ ਟੀਵੀ ਦੇ ਵਿਊਜ਼ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ, ਇਟਸ ਸੋ ਗੁੱਡ ਟੂ ਜੁਆਇਨ ਯੂ। ਔਰ ਵਾਸ਼ਿੰਗਟਨ ਡੀਸੀ ਦੇ ਵਿੱਚ ਉੱਚ ਸ਼ਖਸੀਅਤ ਜਿਹਨਾਂ ਤੋਂ ਤੁਸੀਂ ਆਪ ਜਾਣੋ, ਕਿਸੇ ਇੰਟਰੋਡਕਸ਼ਨ ਦੀ ਲੋੜ ਨਹੀਂ। ਮੇਰੀ ਮੁਰਾਦ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਜੋ ਬਤੌਰ MP ਤੀਜੀ ਟਰਮ ਨਿਭਾ ਰਹੇ ਨੇ ਪਾਰਲੀਮੈਂਟ ਦੇ ਵਿੱਚ, ਇੰਡੀਆ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਨੂੰ, ਪਵਿੱਤਰ ਧਰਤੀ ਨੂੰ ਇਹ ਰੈਪ੍ਰਜੈਂਟ ਕਰ ਰਹੇ ਨੇ, ਆਵਾਜ਼ੇ ਪੰਜਾਬ ਦੇ ਖਿਤਾਬ ਨਾਲ ਜਾਣੇ ਜਾਂਦੇ ਨੇ। ਬੜੀ ਖੁਸ਼ੀ ਦੀ ਗੱਲ ਹੈ ਔਰ ਮੈਂ ਚਾਹਾਂਗਾ ਕਿ ਤੁਹਾਡੇ ਸਾਰਿਆਂ ਦੀ ਜਾਂਚ ਦੇ ਨਾਲ ਇਹਨਾਂ ਨੂੰ ਜੀਆਂ ਕਹਿਣਾ ਚਾਹੁੰਦਾ। ਪ੍ਰੋਫੈਸਰ ਸਾਹਿਬ, ਵੈਲਕਮ ਟੂ ਮਾਈ ਟੀਵੀ। ਬਹੁਤ ਧੰਨਵਾਦ। ਪ੍ਰੋਫੈਸਰ ਸਾਹਿਬ, ਵਾਸ਼ਿੰਗਟਨ ਪਹੁੰਚੇ ਹੋ, ਸਾਡੀ ਟੀਵੀ ਦੀ ਪਹਿਲੀ ਸ਼ਖਸੀ ਤੋਂ ਜਿਹੜਾ ਅਸੀਂ ਇੰਟਰਵਿਊ ਕਰਨ ਜਾ ਰਹੇ ਹਾਂ, ਸੋ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ। ਕਿਉਂਕਿ ਜਦੋਂ ਤੁਹਾਡੇ ਅਸੀਂ ਪਿਛੋਕੜ 'ਤੇ ਨਿਗਾਹ ਮਾਰਦੇ ਹਾਂ, ਮੈਂ ਕਾਫੀ ਹੱਦ ਤੱਕ ਜਾਣੂ ਕਿਉਂਕਿ ਮੈਂ ਪਟਿਆਲੇ ਪੜ੍ਹਿਆ, ਮਹਿੰਦਰਾ ਕਾਲਜ ਪੜ੍ਹਿਆ, ਨਾਭੇ PPS ਪੜ੍ਹਿਆ, ਸੋ ਮੈਂ ਕਾਫੀ ਜਾਣੂ ਹਾਂ ਤੁਹਾਡੇ ਪਰਿਵਾਰ ਬਾਰੇ ਵੀ। ਤੁਹਾਡੀ ਰਾਈਟ ਫਰੋਮ ਕਾਲਜ ਜੋ ਰਾਜਨੀਤੀ ਦਾ ਸ਼ੁਰੂ ਹੋਇਆ ਸਫ਼ਰ, ਤੁਸੀਂ ਬਹੁਤ ਕੁਛ ਤਨ 'ਤੇ ਸਹਾਰਿਆ। ਸੋ ਗੱਲ ਨੂੰ ਛੋਟੀ ਕਰਦਾ, ਇਹ ਅਮੈਰੀਕਾ ਦੀ ਫੇਰੀ ਸਰ ਨਿੱਜੀ ਹੈ, ਰਾਜਨੀਤਿਕ ਹੈ ਜਾਂ ਦੋਨੋਂ ਪੋਲੀਟੀਕਲ ਐਂਡ ਪਰਸਨਲ ਹੈ? ਪਹਿਲਾਂ ਤਾਂ ਮੈਂ ਮਾਈ ਟੀਵੀ ਦਾ ਧੰਨਵਾਦ ਕਰਦਾ ਔਰ ਖੁਸ਼ੀ ਮਹਿਸੂਸ ਕਰਦਾ ਕਿ ਮਾਈ ਟੀਵੀ ਚੈਨਲ ਜਿਹੜਾ ਚੱਲਿਆ ਪੰਜਾਬੀ ਦਾ, ਵਾਸ਼ਿੰਗਟਨ ਦੀ ਜਿਹੜਾ ਅਮਰੀਕਾ ਦਾ ਸ਼ਹਿਰ ਸਭ ਤੋਂ ਇੰਪੋਰਟੈਂਟ, ਔਰ ਉੱਥੇ ਆ ਕੇ ਖੁਸ਼ੀ ਮਹਿਸੂਸ ਕਰਦਾ। ਜਿੱਥੇ ਤੱਕ ਮੇਰੇ ਦੌਰੇ ਦਾ ਸੰਬੰਧ ਆ, ਉਹ ਭਾਵੇਂ ਨਿੱਜੀ ਸੀ, ਮੈਂ ਕਿਸੇ ਸਮਾਜਿਕ ਨਿੱਜੀ ਫੰਕਸ਼ਨ 'ਚ ਆਇਆ ਸੀ ਯੂਨੀਵਰਸਿਟੀ, ਪਰ ਕਿਉਂਕਿ ਰਾਜਨੀਤਿਕ ਬੰਦਿਆਂ ਦਾ ਨਾ ਕੋਈ ਪਰਿਵਾਰਕ ਜੀਵਨ ਹੁੰਦਾ, ਨਾ ਕੋਈ ਨਿੱਜੀ ਹੁੰਦਾ, ਇਹ ਪਬਲਿਕ ਦੀ ਲਾਈਫ ਹੁੰਦੀ ਆ, ਇਸ ਲਈ ਪਬਲਿਕ ਮੈਨ ਕਿਹਾ ਜਾਂਦਾ। ਸੋ ਜਦੋਂ ਵੀ ਅਸੀਂ ਕਿਤੇ ਜਾਂਦੇ ਹਾਂ ਤਾਂ ਕੁਦਰਤੀ ਤੌਰ 'ਤੇ ਸਾਡਾ ਬੋਲਣਾ, ਸਾਡਾ ਤੁਰਨਾ ਵੀ ਰਾਜਨੀਤਿਕ ਤੌਰ 'ਤੇ ਹੀ ਮਾਪਿਆ ਜਾਂਦਾ। ਜੀ, ਮੈਂ ਤਾਂ ਪੁੱਛਿਆ ਕਿਉਂਕਿ ਜੋ ਸਾਨੂੰ ਆਵਾਜ਼ ਸੁਣਨ ਨੂੰ ਮਿਲ ਰਹੀ ਹੈ, ਤੁਹਾਡੇ ਨਾਲ ਹੋਰ ਵੀ ਉੱਚ ਸ਼ਿਕਸ਼ਿਤਾਂ ਜਿਹੜੀਆਂ ਬਾਹਰ ਆਈਆਂ ਹੋਈਆਂ ਨੇ, ਸੋ ਇਸ ਸਾਨੂੰ ਇਹ ਇੰਪ੍ਰੈਸ਼ਨ ਦਿੰਦੀਆਂ ਨੇ ਕਿ ਸ਼ਾਇਦ ਪਾਰਟੀ ਵੱਲੋਂ ਵੀ ਤੁਹਾਨੂੰ ਹੁਕਮ ਹੋਇਆ ਹੋਵੇ ਜਾਣ ਦਾ? ਦੇਖੋ, ਗੱਲ ਇਹ ਹੈ ਵੀ ਜਦੋਂ ਅਸੀਂ ਇੱਥੇ ਆਉਂਦੇ ਹਾਂ ਤਾਂ ਕੁਦਰਤੀ ਤੌਰ 'ਤੇ ਸਭ ਤੋਂ ਪਹਿਲਾਂ ਸਾਡੀ ਇੱਛਾ ਹੁੰਦੀ ਹੈ ਵੀ ਅਸੀਂ ਪੰਜਾਬੀਆਂ ਨੂੰ ਮਿਲੀਏ ਜੀ, ਫਿਰ ਆਪਣੇ ਪਾਰਟੀ ਦੇ ਜਿਹੜੇ ਵਰਕਰ ਲੀਡਰ ਜਿਹੜੇ ਪਾਰਟੀ ਦਾ ਝੰਡਾ ਚੁੱਕ ਕੇ ਸੱਤਾ ਸਮੁੰਦਰਾਂ ਤੋਂ ਪਾਰ ਵੀ ਪਾਰਟੀ ਦੀ ਮੌਜੂਦਗੀ ਲਈ ਇੱਥੇ ਕੰਮ ਕਰਦੇ ਨੇ, ਅਤੇ ਪਾਰਟੀ ਅੱਗੇ ਜਿਹੜੀਆਂ ਚੁਣੌਤੀਆਂ ਨੇ ਜਾਂ ਕੂੜ ਪ੍ਰਚਾਰ ਆ, ਗਲਤ ਪ੍ਰਾਪੇਗੰਡਾ ਇੱਕ ਸਾਹਸੀ ਤਰੀਕੇ ਨਾਲ ਅਕਾਲੀ ਦਲ ਦੇ ਵਿਰੁੱਧ ਹੋਇਆ, ਉਹਦਾ ਜਿਹੜੇ ਲੋਕ ਮੁਕਾਬਲਾ ਕਰਦੇ ਰਹੇ ਨੇ, ਸੱਚ ਦੀ ਆਵਾਜ਼ ਔਖੇ ਅਤੇ ਕਠਿਨਾਈਆਂ ਸਮੇਂ ਵੀ ਸੁਣਾਉਂਦੇ ਰਹੇ ਨੇ, ਅਤੇ ਜਿਹੜਾ ਝੂਠ ਤੂਫਾਨ ਬੋਲਣ ਵਾਲੇ ਸੀ ਉਹਨਾਂ ਨੂੰ ਅਹਿਸਾਸ ਕਰਾਉਂਦੇ ਰਹੇ ਨੇ ਕਿ ਆਖਰ ਮਾਂ ਪਾਰਟੀ ਅਕਾਲੀ ਦਲ ਆ, ਅਕਾਲੀ ਦਲ ਤੋਂ ਬਿਨਾਂ ਕੋਈ ਕਿਸੇ ਪੰਥਕ ਮਾਮਲਿਆਂ 'ਚ ਬਾਂਹ ਨਹੀਂ ਫੜਦਾ, ਜਿੰਨਾ ਮਰਜ਼ੀ ਕੋਈ ਮਤਰੇਈ ਮਾਂ ਵਾਲਾ ਮਤਲਬ ਭੇਖ ਰਚ ਕੇ ਜੋ ਮਰਜ਼ੀ ਗੱਲਾਂ ਕਰੀ ਜਾਵੇ। ਸੋ ਉਹਨਾਂ ਲੋਕਾਂ ਦੇ ਨਾਲ ਉਹਨਾਂ ਨੂੰ ਮਿਲਣਾ, ਉਹਨਾਂ ਦੀ ਗੱਲ ਸੁਣਨੀ, ਉਹਨਾਂ ਦੇ ਕੋਈ ਮਸਲੇ, ਜਿਵੇਂ ਮੈਂ NRI ਦੇ ਮਸਲੇ ਕੱਲ੍ਹ ਕੌਂਸਲਰ ਜਨਰਲ ਦੇ ਕੋਲ ਉੱਥੇ ਸਾਨ ਫਰਾਂਸਿਸਕੋ ਦੇ ਵਿੱਚ ਗਿਆ, ਦਫ਼ਤਰ ਦੇ ਵਿੱਚ ਬਹੁਤ ਸਾਰੇ ਲੋਕ ਮੈਨੂੰ ਮਿਲੇ, ਕਿਸੇ ਦੇ ਪਾਸਪੋਰਟ ਨਹੀਂ ਸੀ ਬਣ ਰਹੇ, ਪੋਲੀਟੀਕਲ ਅਸਾਈਲਮੀ ਦੇ ਬੱਚਿਆਂ ਨੂੰ ਉਹਨਾਂ ਦੇ ਸਪੋਜ ਨੂੰ ਤੰਗ ਕੀਤਾ ਜਾ ਰਿਹਾ ਸੀ, ਦਿੱਤੇ ਨਹੀਂ ਸੀ ਜਾ ਰਹੇ। ਜਦੋਂ ਕਿ ਇਹ ਲੋਕ ਸਭਾ ਵਿੱਚ ਮੈਂ ਪਾਸ ਕਰਾਇਆ, ਲੋਕ ਸਭਾ ਵਿੱਚ ਰਿਲੈਕਸੇਸ਼ਨ ਲਈ ਆ, ਜਿਹਨੂੰ ਅਸੀਂ ਪੋਲੀਟੀਕਲ ਅਸਾਈਲਮੀ ਦੀ ਥਾਂ ਮੈਂ ਇਕਨੋਮਿਕ ਅਸਾਈਲਮੀ ਦੀ ਗੱਲ ਜ਼ੋਰ ਨਾਲ ਰੱਖੀ ਸੀ, ਤੁਸੀਂ ਲਫ਼ਜ਼ ਵਰਤੇ ਉੱਥੇ, ਅਤੇ ਪਰ ਉਹ ਉਹਨਾਂ ਨੇ ਉਹ ਭਾਵੇਂ ਗੱਲ ਨਹੀਂ ਮੰਨੀ, ਪਰ ਰਿਲੈਕਸੇਸ਼ਨ ਜ਼ਰੂਰ ਦਿੱਤੀ ਉਹਨਾਂ ਦੇ ਸਪੋਜ ਨੂੰ, ਉਹਨਾਂ ਦੇ ਬੱਚਿਆਂ ਨੂੰ ਪਾਸਪੋਰਟ ਦੇਣ ਦੀ। ਕਈ ਥਾਵਾਂ 'ਤੇ ਫਿਰ ਵੀ ਦਿੱਕਤਾਂ ਸੀ, ਮੈਂ ਕੌਂਸਲਰ ਜਨਰਲ ਨੂੰ ਕਿਹਾ ਵੀ ਜਦੋਂ ਲਿਖਤੀ ਮੇਰੇ ਕੋਲ ਆਇਆ ਵਾ, ਲਿਖਤੀ ਲੋਕ ਸਭਾ ਦੇ ਵਿੱਚ ਜਵਾਬ ਦਿੱਤਾ ਐਕਸਟਰਨਲ ਅਫੇਅਰ ਮੰਤਰੀ ਨੇ, ਫਿਰ ਤੁਸੀਂ ਲਾਗੂ ਕਿਉਂ ਨਹੀਂ ਕਰਦੇ? ਉਹਨਾਂ ਨੇ ਖੈਰ ਬਹੁਤ ਭਰੋਸਾ ਦਿੱਤਾ ਅਤੇ ਸਾਰਾ ਉਹਨਾਂ ਨੇ ਸ਼ੁਰੂ ਵੀ ਕੀਤਾ, ਜਿਹੜੇ ਬੰਦਿਆਂ ਦੀ ਸਮੱਸਿਆ ਸੀ ਉਹ ਹੱਲ ਵੀ ਕੀਤੀ ਆ। ਕਈ ਵਾਰੀ ਕਮਿਊਨੀਕੇਸ਼ਨ ਗੈਪ ਹੋ ਜਾਂਦੇ, ਸਾਡੇ ਲੋਕ ਵੀ ਕਈ ਵਾਰੀ ਮਿਲ ਨਹੀਂ ਪਾਉਂਦੇ ਜਾਂ ਹੇਠਲੇ ਲੈਵਲ 'ਤੇ ਮਿਲ ਕੇ ਆ ਜਾਂਦੇ ਨੇ, ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਵੱਧ ਤੋਂ ਵੱਧ ਇਹ ਸ਼ੋਰਟ ਆਊਟ ਕੀਤਾ ਜਾਵੇ। ਇਸੇ ਤਰ੍ਹਾਂ ਸਬ ਆਫਿਸ ਖੁੱਲ੍ਹਣ ਦਾ ਅਮਰੀਕਾ ਵਿੱਚ, ਜਿਵੇਂ ਸ਼ਾਟਲ ਦੇ ਵਿੱਚ, ਡੈਨਵਰ ਦੇ ਵਿੱਚ, ਹੋਰ ਕਈ ਥਾਵਾਂ 'ਤੇ, ਉਹ ਵੀ ਅਸੀਂ ਸ਼ੁਰੂ ਕੀਤਾ ਹੋਇਆ। NRI ਭਰਾਵਾਂ ਦੀਆਂ ਹੋਰ ਉੱਥੇ ਪ੍ਰੋਪਰਟੀ ਸੰਬੰਧੀ ਸਮੱਸਿਆਵਾਂ ਨੇ, ਉਹ ਸਾਰੇ ਮਸਲੇ ਜਿਵੇਂ ਸਾਡੇ ਲੋਕਾਂ ਦੇ ਕੋਈ ਮਸਲੇ ਆ, ਪਾਰਟੀ ਸੰਬੰਧਿਤ ਕੋਈ ਔਰਗਨਾਈਜੇਸ਼ਨ ਸੰਬੰਧੀ ਵੀ ਕੁਝ ਗੱਲਾਂ ਨੇ, ਉਹ ਸਾਰੀਆਂ ਵੀ ਮਤਲਬ ਜਿਵੇਂ ਮੈਂ LA ਗਿਆ, ਫਿਰ ਵੈਕਰਸਫੀਲਡ ਗਿਆ, ਫ੍ਰਿਜਨੋ ਗਿਆ, ਆਪਣਾ ਓਕਲੈਂਡ ਗਿਆ, ਇਹ ਸਾਰੀਆਂ ਥਾਵਾਂ 'ਤੇ, ਯੂਨੀਵਰਸਿਟੀ ਦੇ ਨਾਲ ਨਾਲ ਸੈਕਰੋਮੈਂਟੋ ਵਗੈਰਾ ਸਾਰੇ ਥਾਵਾਂ 'ਤੇ, ਟ੍ਰੇਸੀ ਵਗੈਰਾ, ਹਰ ਥਾਂ 'ਤੇ ਜਿੱਥੇ ਵੀ ਭਾਰਤੀ ਮਿਲੇ, ਪੰਜਾਬੀ ਮਿਲੇ ਖਾਸ ਤੌਰ 'ਤੇ, ਉਹਨਾਂ ਨੇ ਬਹੁਤ ਨਿੱਘਾ ਸਵਾਗਤ ਕੀਤਾ, ਸਤਿਕਾਰ ਕੀਤਾ। ਖਾਸ ਤੌਰ 'ਤੇ ਪਾਰਲੀਮੈਂਟ ਦੇ ਵਿੱਚ ਜਿਹੜੀ ਮੇਰੀ ਵਿਸ਼ੇਸ਼ ਤੌਰ 'ਤੇ ਸ੍ਰੇਸ਼ਟ ਸੰਸਦ ਅਵਾਰਡ ਦੇ ਨਾਲ ਸਨਮਾਨਿਤ ਕਰੀ ਗੱਲ ਆ,
ਉਹਦੇ ਨਾਲ ਤਾਂ ਫਿਰ ਉਹਦੇ ਵਿੱਚ ਗੋਲਡ ਮੈਡਲ ਨਾਲ ਵੀ ਮੈਨੂੰ ਸਨਮਾਨਿਤ ਕੀਤਾ ਸਾਡੇ ਯੂਥ ਅਕਾਲੀ ਦਲ ਦੇ ਨੌਜਵਾਨਾਂ ਨੇ। ਸੋ ਮੇਰਾ ਮਤਲਬ ਇਸ ਤਰ੍ਹਾਂ ਦਾ ਅਕਾਲੀ ਦਲ ਦੇ ਵਰਕਰਾਂ ਨੇ ਸਨਮਾਨ ਕੀਤਾ ਹਰ ਥਾਂ 'ਤੇ, ਪੰਜਾਬੀਆਂ ਨੇ ਕੀਤਾ, ਕਿੰਗ ਆਫ ਸੋਗੀ ਚਰਨਜੀਤ ਸਿੰਘ ਬਾਠੂਰਾ ਨੇ, ਸਰਦਾਰ ਸਿੰਘ ਬੈਂਸੂਰਾ ਨੇ, ਜਸਵੰਤ ਸਿੰਘ ਬੈਂਸੂਰਾ ਨੇ, ਹਰਬੰਸ ਸਿੰਘ ਪੰਮਾ, ਗੁਰਨਾਮ ਸਿੰਘ ਪੰਮਾ, ਜੋ ਇਹ ਸਾਰੇ ਲੋਕ ਸੀ, ਔਰ ਸਰਬਜੀਤ ਸਿੰਘ ਸਾਹਿਬਾ ਜਿਹੜੇ ਨੇ, ਉਹਨਾਂ ਦੇ ਮੈਂ ਲੜਕੇ ਦੀ ਸ਼ਾਦੀ ਦੇ ਵਿੱਚ ਆਇਆ ਸੀ, ਉਹਨਾਂ ਨੇ ਸਨਮਾਨ ਕੀਤਾ। ਰਾਜਾ ਮਡੋਲੀ ਅਤੇ ਹੋਰ ਸਾਡੇ ਸਾਰੇ ਨਰਿੰਦਰਪਾਲ ਹੁੰਦਲ, ਬਬਲੀ ਹੁੰਦਲ ਜੀ ਸਾਰੇ, ਔਰ ਮੈਂ ਸਮਝਦਾ ਸਾਰੇ ਸਰਹੰਦ ਫਤਿਹਗੜ੍ਹ ਸਾਹਿਬ 'ਚ ਬਹੁਤ ਲੋਕ, ਉੱਧਰੋਂ ਐੱਲ ਏ ਦੇ ਵਿੱਚ ਡਾਕਟਰ ਸਾਹਿਬਾਨ, ਮੇਰਾ ਖਿਆਲ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀਆਂ ਨੇ ਅਤੇ ਸਾਡੇ ਸਾਰੇ ਭਾਈਚਾਰੇ ਨੇ, ਐੱਫ ਬੀ ਟੀ ਟਰਾਂਸਪੋਰਟ ਵਾਲੇ ਮੁੰਡੇ ਨੇ ਸਾਡੇ, ਉਹਨਾਂ ਨੇ ਬੈਕਰਫੀਲਡ ਦੇ ਵਿੱਚ, ਰਾਣਾ ਨਰਦੇਵ ਹੋਣੀ, ਦਵਿੰਦਰ ਹੈਰਾਨੇ ਹੋਣੀ, ਸਾਰੇ ਮੇਰੇ ਮਤਲਬ ਵੀ ਇਸ ਤਰ੍ਹਾਂ ਦਾ ਸਨਮਾਨ ਲੋਕਾਂ ਨੇ ਹਰ ਥਾਂ 'ਤੇ ਕੀਤਾ, ਉਹਦੇ ਨਾਲ ਸਾਨੂੰ ਬੜੀ ਖੁਸ਼ੀ ਹੋਈ ਹੈ। ਤੁਸੀਂ ਗੱਲ ਕੀਤੀ ਆ ਪਾਰਟੀ ਵਰਕਰਸ ਦੀ, ਤੁਸੀਂ ਨਾਲ ਇਹ ਵੀ ਕਿਹਾ ਵੀ ਪੰਜਾਬੀ ਹੋਰਾਂ ਨੇ ਵੀ ਕੀਤਾ। ਮੈਂ ਜਨਰਲੀ ਰੈਪ੍ਰਜੈਂਟ ਕਰਨਾ ਚਾਹੁੰਦਾ ਜਿਹੜੇ ਅਟਿਪੀਕਲ ਐਨ ਆਰ ਆਈ, ਜਿਹੜਾ ਅਕਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਨਹੀਂ ਸੰਬੰਧ ਰੱਖਦਾ ਜਾਂ ਕਿਸੇ ਹੋਰ ਪਾਰਟੀ ਨਾਲ ਸੰਬੰਧ ਨਹੀਂ ਰੱਖਦਾ, ਪਰ ਉਹ ਮਨ ਦੇ ਵਿੱਚ ਪੰਜਾਬੀ, ਪੰਜਾਬ ਅਤੇ ਪੰਜਾਬੀਅਤ ਦਾ ਉਪਾਸ਼ਕ ਹੈ ਔਰ ਉਹ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਦੀ ਸਥਿਤੀ ਜਿਹੜੀ ਉੱਪਰ ਜਾਵੇ। ਇਹ ਗੱਲ ਬਿਲਕੁਲ ਠੀਕ ਆ, ਬਲਕਿ ਅਸੀਂ ਆਪਣੇ ਅਕਾਲੀ ਦਲ ਦੇ ਵਰਕਰ ਦੇ ਲੀਡਰਾਂ ਤੋਂ ਹਟ ਕੇ ਵੀ ਜਿੱਥੇ ਵੀ ਕਿਤੇ ਲੰਚ 'ਤੇ, ਡਿਨਰ 'ਤੇ, ਚਾਹ ਪਾਰਟੀ ਦੇ ਇਕੱਠੇ ਹੋਏ ਹਾਂ, ਉਹਦੇ ਵਿੱਚ ਮੈਕਸੀਮਮ ਲੋਕ ਕਾਂਗਰਸੀ ਵੀ ਜਾਂ ਪਹਿਲਾਂ ਕੋਈ ਕਾਂਗਰਸ ਆਮ ਪਾਰਟੀ ਨਾਲ ਤੁਰ ਪਏ ਸੀ ਉਹ ਵੀ, ਅਤੇ ਜਾਂ ਕਿਸੇ ਵੀ ਪਾਰਟੀ ਨਾਲ ਸੰਬੰਧ ਨਹੀਂ ਰੱਖਦੇ, ਸੋਸ਼ਲ ਔਰਗਨਾਈਜੇਸ਼ਨਾਂ ਨਾਲ ਸੰਬੰਧ ਰੱਖਦੇ ਨੇ, ਜਾਂ ਸੰਸਦ ਦੇ ਵਿੱਚ ਜਿਹੜੀ ਮੇਰੀ ਸਪੀਚ ਨੇ, ਕਾਰਵਾਈ ਆ, ਉਹਨਾਂ ਤੋਂ ਪ੍ਰਭਾਵਿਤ ਨੇ ਹਰ ਥਾਂ 'ਤੇ, ਮਤਲਬ ਉਹਨਾਂ ਦੀ ਉਹ ਗਿਣਤੀ ਜ਼ਿਆਦਾ ਹੁੰਦੀ ਰਹੀ ਆ। ਹੁਣ ਗੁਰਪ੍ਰਤਾਪ ਆਪਣਾ ਬਾਲਾ ਸਾਹਿਬ ਇਹ ਇੱਥੇ ਬੈਠੇ ਆਪਾਂ ਜਿਨ੍ਹਾਂ ਦੇ ਘਰ ਵਿੱਚ, ਇਹਨਾਂ ਨੇ ਵੀ ਜਿੰਨੇ ਸਮਾਗਮ ਰੱਖੇ ਨੇ ਜ਼ਿਆਦਾਤਰ ਉਹ ਐਨ ਜੀ ਓ ਦੇ ਨਾਲ ਸੰਬੰਧਿਤ, ਸੋਸ਼ਲ ਔਰਗਨਾਈਜੇਸ਼ਨਾਂ ਨਾਲ ਸੰਬੰਧਿਤ ਲੋਕ ਸਾਰੇ ਮਤਲਬ ਸਾਹਮਣੇ ਆ ਰਹੇ ਨੇ। ਇਹ ਕੁਦਰਤੀ ਤੌਰ 'ਤੇ ਵੀ ਲੋਕ ਸਾਡੀ ਕਾਰਵਾਈ ਨੂੰ ਬਹੁਤ ਗੌਰ ਨਾਲ ਦੇਖਦੇ ਨੇ। ਲੋਕ, ਮੈਂ ਇਹ ਵੀ ਮਹਿਸੂਸ ਕਰਦਾ ਵੀ ਜੇ ਤੁਸੀਂ ਕੋਈ ਕੰਮ ਕਰੋ, ਲੋਕ ਉਹਦੀ ਕਦਰ ਵੀ ਕਰਦੇ ਨੇ, ਅਤੇ ਸਾਹਿਬ ਜੱਸੀ ਸਿੰਘ ਹੋਣੀ, ਪੰਨੂ ਸਾਹਿਬ ਸਾਡੇ, ਹੋਰ ਸਾਰੇ ਸਹਿਯੋਗ ਦੇ ਰਹੇ ਨੇ ਇੱਥੇ ਸਾਰਾ, ਜਿਨ੍ਹਾਂ ਨੇ ਅੱਜ ਇੱਥੇ ਵੀ ਮੇਰਾ ਸਤਿਕਾਰ ਕੀਤਾ। ਤੁਹਾਡਾ ਬਹੁਤ ਬਿਜ਼ੀ ਸਕਾਜਲ, ਮੈਨੂੰ ਪਤਾ ਕਿ ਤੁਸੀਂ ਲੇਟ, ਬਹੁਤ ਲੇਟ ਪਹੁੰਚੋ, ਰਾਤ ਕੋਈ 3-4 ਵਜੇ ਸਵੇਰੇ ਪਹੁੰਚੇ ਹੋ, ਫਿਰ ਰਾਈਟ ਵੇ ਯੂ ਗੋਟ ਅਪ ਐਟ 10 o'clock ਐਂਡ ਸਾਡੇ ਸਾਨੂੰ ਵੀ ਟਾਈਮ ਦਿੱਤਾ। ਤੁਸੀਂ ਇੱਕ ਟਿਪੀਕਲ ਐਨ ਆਰ ਆਈ ਚਾਹੁੰਦਾ ਕਿ ਪੰਜਾਬ 'ਚ ਜਿਹੜਾ ਮਰਜ਼ੀ ਰਾਜ ਕਰੇ, ਲੇਕਿਨ ਰਾਜ ਮਹਾਰਾਜਾ ਰਣਜੀਤ ਸਿੰਘ ਵਾਲਾ ਹੋਵੇ ਕਿ ਸਾਡੇ ਪੰਜਾਬੀ ਵੱਸਦੇ ਰਹਿਣ। ਅੱਜ ਜੋ ਪੰਜਾਬ ਦੇ, ਮੈਂ ਇੱਕ ਪੰਜਾਬੀ ਦੇ ਸਰੀਰਕ ਤੌਰ 'ਤੇ ਅਤੇ ਮਾਨਸਿਕ ਤੌਰ ਦੀ ਸਥਿਤੀ ਤੋਂ ਗੱਲ ਕਰਦਾ ਹੈ ਕਿ ਉਹ ਰਿਜੈਂਟਮੈਂਟ ਦੇਖਣ ਨੂੰ ਮਿਲਦੀ ਆ ਐਨ ਆਰ ਆਈ ਦੇ ਅੰਦਰ ਕਿ ਸਾਡੀ ਕੋਈ ਵੀ ਰੂਲਿੰਗ ਪਾਰਟੀ ਹੋਵੇ ਉੱਥੇ ਉਸ ਲੈਵਲ ਤੱਕ ਨਹੀਂ ਪਹੁੰਚ ਰਹੀ। ਸ਼੍ਰੋਮਣੀ ਅਕਾਲੀ ਦਲ 10 ਸਾਲ ਰਾਜ ਕਰਨ ਤੋਂ ਬਾਅਦ ਆਈ ਐਮ ਸ਼ੋਰ, ਚਾਹੇ ਤੀਸਰੀ ਥਾਂ 'ਤੇ ਰਿਹਾ, ਫਿਰ ਦੁਬਾਰਾ ਲੋਕ ਇਹਨਾਂ ਨੂੰ ਮੌਕਾ ਦੇਣਗੇ। ਕੀ ਆ ਸਰ ਡਿਫਰੈਂਟ ਅਸੀਂ ਉਮੀਦ ਕਰ ਸਕਦੇ ਹਾਂ? ਦੇਖੋ, ਜਿੱਥੇ ਤੱਕ ਤਾਂ ਐਨ ਆਰ ਆਈ ਦੀਆਂ ਭਾਵਨਾਵਾਂ ਦੀ ਗੱਲ ਆ, ਉਹਦੀ ਅਸੀਂ ਕਦਰ ਕਰਦੇ ਹਾਂ, ਸਤਿਕਾਰ ਕਰਦੇ ਹਾਂ, ਔਰ ਖੁਸ਼ੀ ਵੀ ਹੁੰਦੀ ਹੈ ਜਦੋਂ ਐਨ ਆਰ ਆਈ ਇੰਨੀ ਦੂਰ ਬੈਠੇ ਵੀ ਆਪਣੀ ਧਰਤੀ ਦਾ ਮੋਹ ਰੱਖਦੇ ਨੇ, ਸਨੇਹ ਰੱਖਦੇ ਨੇ, ਨੇੜਤਾ ਰੱਖਦੇ ਨੇ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ, ਐਨ ਆਰ ਆਈ ਭਰਾਵਾਂ ਨੂੰ, ਐਨ ਆਰ ਆਈ ਦੇ ਜਿਹੜੇ ਇਸ ਤਰ੍ਹਾਂ ਦੇ ਸੁਹਿਰਦ ਲੋਕ ਵੀ ਨੇ, ਉਹਨਾਂ 'ਤੇ ਕਿਤੇ ਨਾ ਕਿਤੇ ਤਰ੍ਹਾਂ ਗਲਤ ਪ੍ਰੋਪੇਗੈਂਡੇ ਦਾ ਬਹੁਤ ਅਸਰ ਹੁੰਦਾ। ਉਹ ਉਹਨਾਂ ਦੀ ਸਿੰਸੀਅਰਟੀ ਦਾ ਨਜਾਇਜ਼ ਫਾਇਦਾ ਉਠਾਉਂਦੇ ਨੇ, ਉਹਨਾਂ ਦੀ ਇਮਾਨਦਾਰੀ ਅਤੇ ਡੈਡੀਕੇਸ਼ਨ ਦਾ ਨਜਾਇਜ਼ ਫਾਇਦਾ ਉਠਾਉਂਦੇ ਨੇ, ਜੇ ਸਾਹਸੀ ਤਰੀਕੇ ਨਾਲ ਜਾਣ ਬੁੱਝ ਕੇ ਗਲਤ ਪ੍ਰਚਾਰ ਕਰਦੇ ਨੇ। ਫਾਰ ਐਗਜ਼ਾਮਪਲ, ਸਾਹਿਬ ਗੁਰਦਾਸ ਸਿੰਘ ਬਾਦਲ 'ਤੇ ਮਤਲਬ ਇੰਨਾ ਪ੍ਰਾਪੇਗੰਡਾ ਕੀਤਾ, ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਾੜੀ ਦੇ ਵਿੱਚ ਬਰਗਾੜੀ ਸਮੇਂ ਵੀ ਬਾਦਲ ਸਾਹਿਬ ਨੇ ਕੀਤੀ ਹੈ। ਵੀ ਕੋਈ ਬੰਦਾ ਸੋਚ ਸਕਦਾ ਵੀ ਕੋਈ ਮੁੱਖ ਮੰਤਰੀ ਆਪਣੇ ਪੈਰਾਂ ਥੱਲੇ ਅਗਵਾਏਗਾ, ਕੋਈ ਮੁੱਖ ਮੰਤਰੀ ਆਪਣੇ ਘਰ ਨੂੰ ਜਲਾਏਗਾ, ਕੋਈ ਐਸਾ ਆਮ ਬੰਦਾ ਨਹੀਂ ਮਤਲਬ ਐਸੀ ਜ਼ਰੂਰਤ ਕਰ ਸਕਦਾ। ਸਾਹਿਬ ਪ੍ਰਕਾਸ਼ ਸਿੰਘ ਬਾਦਲ ਵਰਗਾ ਬੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਏਗਾ? ਪਰ ਅਸਰ ਇੰਨਾ ਪਿਆ, ਰੌਲਾ ਇੰਨਾ ਪਿਆ, ਮਤਲਬ ਪ੍ਰੋਪੇਗੈਂਡੇ ਦਾ ਅਸਰ, ਸੋਸ਼ਲ ਮੀਡੀਆ ਗਲਤ ਪਰਸੈਪਸ਼ਨ ਬਣਾ ਕੇ ਸਭ ਵਾਰ ਵਾਰ, ਤੁਸੀਂ ਜਿਵੇਂ ਕਹਿੰਦੇ ਵੀ 100 ਵਾਰ ਕਿਸੇ ਝੂਠ ਨੂੰ ਕਹੀ ਜਾਓ ਤਾਂ ਉਹ ਸੱਚ ਲੱਗਣ ਲੱਗ ਜਾਂਦਾ, ਅਤੇ ਉਹ ਅਸਰ ਸਾਡੇ 'ਤੇ ਹੋਇਆ ਅਤੇ ਐਨ ਆਰ ਆਈ 'ਤੇ ਜ਼ਿਆਦਾ ਹੋ ਜਾਂਦਾ, ਕਿਉਂਕਿ ਉਹਦੇ 'ਚ ਕਮਿਊਨੀਕੇਸ਼ਨ ਗੈਪ ਹੁੰਦਾ। ਅਸੀਂ ਮਤਲਬ ਸਾਡਾ ਇੱਥੇ ਆਉਣਾ ਜਾਣਾ ਘੱਟ ਰਿਹਾ, ਅਸੀਂ ਉਹ ਗੱਲ ਉਨੀ ਸੁਣਾ ਨਾ ਸਕੇ। ਜਿਹੜੇ ਲੋਕ ਇੱਥੇ ਆਏ ਜਿਨ੍ਹਾਂ ਨੇ ਸੋਸ਼ਲ ਮੀਡੀਆ ਨੂੰ ਵਰਤਿਆ, ਉਹਨਾਂ ਦਾ ਅਸਰ ਜਾਣੀ ਇੱਥੋਂ ਦੇ ਲੋਕਾਂ 'ਤੇ ਹੋਇਆ। ਹੁਣ ਤੁਸੀਂ ਇਹ ਦੇਖੋ, ਜਿਹੜੇ ਕੋਈ ਬੰਦਾ ਐਨ ਆਰ ਆਈ ਜਾ ਕੇ ਇਮਾਨਦਾਰੀ ਨਾਲ ਦੱਸੇ ਵੀ ਅੱਜ ਤੋਂ 12 ਸਾਲ ਪਹਿਲਾਂ, 15 ਸਾਲ ਪਹਿਲਾਂ ਜਿਹੜਾ ਉੱਥੇ ਪੰਜਾਬ ਗਿਆ ਸੀ ਅਤੇ ਅੱਜ ਜਾ ਕੇ ਦੇਖੇ ਪੰਜਾਬ ਕਿੱਥੇ ਚਲਾ ਗਿਆ,
ਮੇਰਾ ਖਿਆਲ ਹੈ 150-200 ਤਾਂ ਫਲਾਈਓਵਰ ਬਣ ਗਿਆ ਪਿਛਲੇ ਬਾਦਲ ਸਾਹਿਬ ਦੇ ਰਾਤ ਦੇ ਵਿੱਚ ਕੋਈ ਸ਼ੱਕ ਨਹੀਂ ਹਾਂ ਫਿਰ ਪੰਜਾਬ ਦੇ ਅੰਦਰ ਕੋਈ ਰੇਲਵੇ ਫਾਟਕ ਨਹੀਂ ਹੈ ਜਿੱਥੇ ਘੰਟਾ ਘੰਟਾ ਰੇਲਵੇ ਫਾਟਕਾਂ 'ਤੇ ਲੋਕ ਖੜ੍ਹੇ ਰਹਿੰਦੇ ਸੀ ਜਿਹੜੀਆਂ ਡਬਲ ਰੋਡ ਸੀ ਉਹ 4 ਲੇਨ ਬਣ ਗਈਆਂ ਜਿਹੜੀਆਂ 4 ਲੇਨ ਸੀ ਉਹ 6 ਲੇਨ ਬਣ ਗਈਆਂ ਹੁਣ ਤੁਸੀਂ ਅੰਦਾਜ਼ਾ ਲਾਓ ਜਿੱਥੇ 5 ਘੰਟੇ 'ਚ ਬਠਿੰਡੇ ਜਾਂਦੇ ਸੀ ਚੰਡੀਗੜ੍ਹ ਤੋਂ ਅੱਜ 2.5 ਘੰਟੇ 'ਚ ਬਠਿੰਡੇ ਚਲੇ ਜਾਂਦੇ ਹਾਂ ਅਤੇ ਅੱਜ ਬਠਿੰਡੇ ਤੋਂ ਅੰਮ੍ਰਿਤਸਰ ਜਾਣ ਨੂੰ 4 ਘੰਟੇ ਲੱਗਦੇ ਸੀ ਭੱਜ ਕੇ ਹੁਣ 2.5 ਘੰਟੇ 'ਚ ਪਹੁੰਚ ਜਾਂਦੇ ਹਾਂ ਇਨਫਰਾਸਟ੍ਰਕਚਰ ਦਾ ਤਾਂ ਫਿਰ ਕੋਈ ਕਹਿੰਦੇ ਸੀ ਜੀ ਪੰਜਾਬ ਦੇ ਵਿੱਚ ਕੋਈ ਅੰਤਰਰਾਸ਼ਟਰੀ ਹਵਾਈ ਅੱਡਾ ਹੀ ਨਹੀਂ ਸੀ ਅੰਮ੍ਰਿਤਸਰ ਦੀਆਂ ਫਲਾਈਟਸ ਵਧਾਈਆਂ ਚੰਡੀਗੜ੍ਹ ਦਾ ਰੁਕਿਆ ਖੜ੍ਹਾ ਸੀ 2 ਮਹੀਨੇ ਦੇ ਵਿੱਚ ਅਸੀਂ ਚੰਡੀਗੜ੍ਹ ਦੇ ਇੰਟਰਨੈਸ਼ਨਲ ਏਅਰਪੋਰਟ ਦੀ NOC ਲੈ ਕੇ ਉੱਥੇ ਫਲਾਈਟ ਸ਼ੁਰੂ ਕਰਾ ਦਿੱਤੀਆਂ ਹੁਣ ਅਸੀਂ ਹੋਰ ਵਧਾ ਰਹੇ ਹਾਂ ਕਾਰਗੋ ਸਿਸਟਮ ਵੀ ਉੱਥੇ ਲਿਆ ਰਹੇ ਹਾਂ ਅਤੇ ਕਨੈਕਟੀਵਿਟੀ ਜਿੰਨੀ ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਜਿਹੜਾ ਪੰਜਾਬ ਦੇ ਵਿੱਚ ਪਾਵਰ ਸੈਕਟਰ ਤੁਸੀਂ ਆਮ ਤੌਰ 'ਤੇ ਵਿਦੇਸ਼ੀ ਜਾਂਦੇ ਸੀ NRI ਉੱਥੇ ਬਿਜਲੀ ਤੋਂ ਡਰਦੇ ਸੀ ਵੀ ਉੱਥੇ ਲਾਈਟੇ ਭੱਜ ਜਾਂਦੀ ਉੱਥੇ ਹੁਣ ਮੇਰਾ ਖਿਆਲ ਹੈ ਦੂਜੀਆਂ ਥਾਵਾਂ 'ਤੇ ਭੱਜ ਜਾਂਦੀ ਹੋਣੀ ਪੰਜਾਬ 'ਚ ਲਾਈਟ ਸਰਪਲਸ ਆ ਇਹ ਵੱਖਰੀ ਗੱਲ ਆ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਟਾਈਮ 'ਤੇ ਸਿਸਟਮ ਖਰਾਬ ਹੋ ਗਿਆ ਪਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਜਿਹੜੀ ਤੁਸੀਂ ਸ਼ੁਰੂ 'ਚ ਕਹੀ ਸੀ ਵੀ ਇਹਨੂੰ ਕਿਸੇ ਪਾਰਟੀਬਾਜ਼ੀ ਦੇ ਤੌਰ 'ਤੇ ਅਕਾਲੀ ਦਲ ਕਾਂਗਰਸ ਜਾਂ ਕਿਸੇ ਹੋਰ ਪਾਰਟੀ ਦੇ ਤੌਰ 'ਤੇ ਨਾਰਾਜ਼ ਨੂੰ ਵੰਡਣ ਦੀ ਥਾਂ 'ਤੇ ਬਤੌਰ ਪੰਜਾਬੀ ਬਤੌਰ ਭਾਰਤੀ ਮਤਲਬ ਬਤੌਰ ਆਪਣੇ ਇੱਕ ਸੱਭਿਆਚਾਰ ਵਿਰਸੇ ਵਿਰਾਸਤ ਨੂੰ ਮਜ਼ਬੂਤ ਕਰਨ ਦੀ ਸੋਚ ਨਾਲ NRI ਨੂੰ ਮਤਲਬ ਔਰ ਮੈਰਿਟ ਫੈਸਲੇ ਕਰਨੇ ਚਾਹੀਦੇ ਆ ਸੋਚਣਾ ਚਾਹੀਦਾ ਨਹੀਂ NRI ਦੇ ਡੂ ਜਿਵੇਂ ਤੁਸੀਂ ਗੱਲ ਕੀਤੀ ਹੈ ਬਰਗਾੜੀ ਦੀ ਗੱਲ ਕੀਤੀ ਹੈ ਬਾਦਲ ਸਾਹਿਬ 'ਤੇ ਬਲੇਮ ਨਹੀਂ ਹੁੰਦਾ ਬਾਦਲ ਸਾਹਿਬ ਨੂੰ ਸਿਰਫ ਇਹ ਕਿਹਾ ਜਾਂਦਾ ਕਿ ਰੀਜ਼ਨ ਹੀ ਇਜ਼ ਬਲੇਮਡ ਇਜ਼ ਕਿ ਜਿਹੜੀ ਕਾਰਵਾਈ ਉਹ ਤੋਂ ਬਾਅਦ ਹੈ ਉਹ ਤਸੱਲੀ ਬਖਸ਼ ਨਹੀਂ ਹੋਈ ਇਹ ਤਾਂ ਇੱਕ ਹਿੱਸਾ ਕਹਿ ਰਿਹਾ ਨਾ ਜਿਹੜੀ ਕਾਰਵਾਈ ਤਸੱਲੀ ਬਖਸ਼ ਨਹੀਂ ਹੋਈ ਇਹ ਤਾਂ ਇੱਕ ਹਿੱਸਾ ਕਹਿ ਰਿਹਾ ਉਹਦੇ 'ਤੇ ਅਸੀਂ ਉਹਨਾਂ ਦੀ ਮਤਲਬ ਸਿਰਤਾ ਬਾਰੇ ਉਹਨਾਂ ਦੀ ਰਿਸਪੈਕਟ ਕਰਦੇ ਹਾਂ ਪਰ ਜਿਹੜੇ ਕਹਿੰਦੇ ਨੇ ਵੀ ਬਾਦਲ ਸਾਹਿਬ ਨੇ ਬੇਅਦਬੀ ਕਰਾਈ ਆ ਉਹ ਤਾਂ ਸਸਤੀ ਆ ਨਾ ਉਹ ਤਾਂ ਝੂਠੇ ਚਲੋ ਉਹ ਤਾਂ ਖੈਰ ਬਹੁਤੇ ਬੰਦੇ ਸੀ ਜਿਨ੍ਹਾਂ ਨੇ ਅਜਿਹੇ ਪ੍ਰੋਪੇਗੰਡਾ ਕੀਤਾ ਉਹ ਤਾਂ ਪ੍ਰੋਪੇਗੰਡੇ 'ਚ ਆ ਗਏ ਜੀ ਪਰ ਉਹਨੂੰ ਫਿਲਟਰ ਕਰਕੇ ਬਹੁਤ ਜ਼ਿਆਦਾ ਵੱਡਾ ਸਾਡਾ ਤਬਕਾ ਜਿਵੇਂ ਮੈਂ ਕਬੀਲਾ ਕਹਿੰਦਾ ਹੁੰਦਾ ਪੰਜਾਬੀਆਂ ਦਾ ਬਾਹਰ ਬੈਠਾ ਅਸੀਂ ਇਸ ਚੀਜ਼ ਨੂੰ ਰਿਅਲਾਈਜ਼ ਕਰਦੇ ਹਾਂ ਕਿ ਜਿਹੜਾ ਵੀ ਬਾਦਲ ਸਾਹਿਬ ਨੇ ਪਰਸਨਲੀ ਨਹੀਂ ਕਰਵਾਇਆ ਬਟ ਲੇਕਿਨ ਉਹ ਤੋਂ ਬਾਅਦ ਜਿਹੜੇ ਐਕਸ਼ਨ ਆ ਉਹਦੇ ਠੀਕ ਆ ਟੈਕਲ ਕਰਨ 'ਚ ਕਿਤੇ ਢਿੱਲ ਰਹਿ ਗਈ ਜਾਂ ਟੈਕਲ ਕਰਨ 'ਚ ਮੰਨ ਲਓ ਇਫੈਕਟਿਵਨੈਸ ਉਸ ਤਰ੍ਹਾਂ ਨਾ ਹੋਈ ਉਹ ਮੰਨੀ ਜਾ ਸਕਦੀ ਹੈ ਚਲੋ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਜੀ ਉਹ ਤੋਂ ਬਾਅਦ ਕੁਛ ਟਫ ਸਵਾਲਾਂ ਵੱਲ ਨੂੰ ਵੀ ਆਪਾਂ ਆਵਾਂਗੇ ਹਾਲੇ ਤਾਂ ਜੀ ਆਇਆ ਆਖਿਆ ਪ੍ਰੋਫੈਸਰ ਸਾਹਿਬ ਨੂੰ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਹੀ ਇਜ਼ ਐਨ ਐਕਸਪਰਟ ਆਫ ਹੈਂਡਲਿੰਗ ਇੰਟਰਵਿਊਜ਼ ਐਂਡ ਟਫ ਕੁਐਸਚਨਸ ਸੋ ਵੀ ਰਾਈਟ ਬੈਕ ਹਾਈ ਮਾਈ ਨੇਮ ਇਜ਼ ਕੁਲਦੀਪ ਗਿੱਲ ਹਮ ਬ੍ਰੋਕਰ ਆਫ ਸਕਾਈ ਰਿਅਲਟੀ ਦ ਰੀਜ਼ਨ ਵੀ ਆਰ ਸੋ ਸਕਸੈਸਫੁਲ ਬਿਕੋਜ਼ ਕਲਾਇੰਟ ਟਰਸਟ ਅਸ ਆਈਵ ਬੀਨ ਡੂਇੰਗ ਦਿਸ ਮਾਈ ਹੋਲ ਲਾਈਫ ਮਾਈ ਟੀਮ ਇਜ਼ ਮਾਈ ਵਾਈਫ my office manager and my agents we look forward to earn your business and we do speak your language thank you welcome after the break aur main thoda apna Gyapal Singh Bart my tv studio ch sade naal uch shakshiyat professor Prem Singh Chandumajra MP for the third time aur aaj uchche taur te pahunche ne party workers nu milne layi Punjabi nu milne Washington DC dharti te unna naal gal baat chal rahi hai professor saab ek personal question and it's a very straight question jo aaj dekhan wa reha ke rajneeti de vich rajwade shahi wala ਨਤੀਜਾ ਆ ਰਿਹਾ ਬਾਦਲ ਸਾਹਿਬ ਨੇ ਉਹਨਾਂ ਦੇ ਬੇਟੇ ਨੇ ਤੁਸੀਂ ਹੋ ਅੱਜ ਤੁਹਾਡੇ ਵੀ ਬੇਟੇ ਜਿਹੜੇ ਉਹ ਆ ਗਏ ਨੇ ਇਲੈਕਸ਼ਨ ਦੇ ਵਿੱਚ ਸਪੁੱਤਰ ਸਾਹਿਬ ਹਰਿੰਦਰਪਾਲ ਸਿੰਘ MLA ਸਨੌਰ ਪਹਿਲਾਂ ਤਾਂ ਉਹਨਾਂ ਦੀ ਜੱਦੀ ਪਾਲ ਨੂੰ ਬਹੁਤ ਬਹੁਤ ਵਧਾਈ ਔਰ ਮੈਂ ਇਹ ਗੱਲ ਪੁੱਛਣੀ ਚਾਹੁੰਦਾ ਕਿ ਕੀ ਇੱਕ ਮਜਬੂਰੀ ਬਣ ਚੁੱਕੀ ਹੈ ਕਿ ਅਗਲੀ ਜਨਰੇਸ਼ਨ ਨੂੰ ਨਾਲ ਲਿਆਉਣਾ ਤੁਹਾਡਾ ਜਿਸ ਤਰੀਕੇ ਨਾਲ ਉੱਥੇ ਵਰਕਿੰਗ ਚੱਲ ਰਹੀ ਹੈ ਤੁਹਾਡੀ ਆਪਸ ਵਿੱਚ ਇਹ ਮਜਬੂਰੀ ਬਣ ਚੁੱਕੀ ਹੈ ਜਾਂ ਇਹ ਇੱਕ ਰਜਵਾੜਾ ਜਿਹੜਾ ਪ੍ਰੋਗਰਾਮ ਹੈ ਇਹਨੂੰ ਤੁਸੀਂ ਮਤਲਬ ਹੁਣ ਕਹਿਣ ਵਾਲੇ ਜੋ ਮਰਜ਼ੀ ਕਹੇ ਜਾਣ ਡੈਮੋਕਰੇਟਿਕ ਸਿਸਟਮ ਦੇ ਵਿੱਚ ਕਿਸੇ ਨੂੰ ਉੱਪਰੋਂ ਥੋਪਿਆ ਨਹੀਂ ਜਾਂਦਾ ਡੈਮੋਕਰੇਟਿਕ ਸਿਸਟਮ ਦੇ ਵਿੱਚ ਇਲੈਕਟ ਹੋ ਕੇ ਆਉਂਦੇ ਨੇ ਜੇ ਸੁਖਬੀਰ ਸਿੰਘ ਬਾਦਲ ਵੀ ਰਾਜਨੀਤੀ 'ਚ ਆਇਆ ਉਹ ਹੇਠਾਂ ਤੋਂ ਵਰਕ ਕਰਕੇ ਆਇਆ ਉਹ ਐਂ ਨਹੀਂ ਹੈ ਵੀ ਇੱਕ ਦਿਨ ਪਹਿਲੇ ਦਿਨ ਉਹਨੂੰ ਡਿਪਟੀ CM ਬਣਾ ਤਾ ਜਾਂ ਕੋਈ ਪ੍ਰਧਾਨ ਬਣਾ ਤਾ
ਉਹ ਹੇਠਾਂ ਦੇ ਯੂਥ ਅਕਾਲੀ ਦਲ ਦੇ ਜਨਰਲ ਸੈਕਟਰੀ ਰਹੇ, ਯੂਥ ਅਕਾਲੀ ਦਲ ਦੀ ਸਰਪ੍ਰਸਤੀ ਕੀਤੀ, ਹੇਠਾਂ ਦਾ ਕੰਮ ਕਰਕੇ ਆਏ। ਜੇ ਮੇਰਾ ਬੇਟਾ ਵੀ ਬਣਿਆ MLA, ਪਹਿਲਾਂ ਯੂਥ ਅਕਾਲੀ ਦਲ ਦਾ ਜਨਰਲ ਸੈਕਟਰੀ ਰਿਹਾ। ਅਤੇ ਇੱਕ ਜਿਹੜੇ ਨਾ ਪੋਲੀਟੀਕਲ ਪਰਿਵਾਰਾਂ ਦੇ ਵਿੱਚ ਲੋਕ ਆਉਂਦੇ ਨੇ, ਉਹਨਾਂ ਦਾ ਇੱਕ ਕਾਰਨ ਇਹ ਵੀ ਹੈ ਵੀ ਉਹ ਪੋਲੀਟੀਕਲ ਮਾਹੌਲ ਦੇ ਵਿੱਚ ਉਹ ਗਰੋ ਅਪ ਹੁੰਦੇ ਨੇ ਬੱਚੇ। ਉਹਨਾਂ ਨੂੰ ਤੁਸੀਂ ਜਾ ਕੇ ਸਾਡੇ ਘਰਾਂ 'ਚ ਤਾਂ ਦੇਖੋ ਵੀ ਸਵੇਰੇ ਬਾਥਰੂਮਾਂ ਤੱਕ ਲੋਕ ਚਲੇ ਜਾਂਦੇ ਸਵੇਰੇ ਉੱਠਦੇ। ਮਤਲਬ ਕਿਸੇ ਜਿਹੜੇ ਲੋਕ ਇਹ ਰੌਲਾ ਪਾਉਂਦੇ ਨੇ ਨਾ ਵੀ ਇਹਨਾਂ ਦੇ ਬੱਚੇ ਅੱਗੇ ਅੱਗੇ ਰਾਜਨੀਤੀ ਕੀ ਆਉਂਦੇ ਆ, ਇਹ ਤਾਂ ਘਰ ਦਾ ਦਰਵਾਜ਼ਾ ਨਹੀਂ ਖੜਕਾਉਣ ਦਿੰਦੇ 10 ਵਜੇ ਤੱਕ ਕਿਸੇ ਨੂੰ। ਸਾਡੇ 5 ਵਜੇ ਤੇ ਲੋਕ ਘਰਾਂ 'ਚ ਆਉਣ ਲੱਗ ਜਾਂਦੇ, ਫਿਰ ਉਹ ਜਿਹੜੇ ਬੱਚੇ ਆ ਨਾ ਉਹਨਾਂ 'ਤੇ ਅਸਰ ਪੈਂਦਾ ਹੌਲੀ ਹੌਲੀ ਵੀ ਕਿਵੇਂ ਲੋਕਾਂ ਨਾਲ ਮਿਲਣਾ, ਕਿਵੇਂ ਜੁੜਨਾ ਲੋਕਾਂ ਦੇ ਨਾਲ, ਬਲਕਿ ਸਾਡੇ ਨਾਲ ਵੀ ਵੱਧ ਬੱਚਿਆਂ ਦੇ ਸੰਬੰਧ ਹੋ ਜਾਂਦੇ। ਅਤੇ ਉਹ ਫਿਰ ਅੱਗੇ ਜੇ ਹੁਣ ਫਰਜ਼ ਕਰਾਂ ਮੈਂ ਇੱਥੇ ਅਮਰੀਕਾ ਆਇਆ ਵਾਂ ਜੀ, ਅੱਜ ਮੇਰੇ ਬੱਚੇ ਮੇਰਾ ਖਿਆਲ ਆ ਦਿਹਾੜੀ ਦੇ ਵਿੱਚ ਇੱਕ ਦਿਨ ਦੇ ਵਿੱਚ 10-10 ਫੰਕਸ਼ਨ ਵੀ ਕਰਦੇ ਨੇ, ਇਸੇ ਤਰ੍ਹਾਂ ਹਰ ਲੀਡਰ ਦਾ ਇਸ ਤਰ੍ਹਾਂ ਕਰਦਾ। ਅਤੇ ਫਿਰ ਤਾਂ ਲੋਕ ਉਦੋਂ ਕੀ ਨਹੀਂ ਕਹਿੰਦੇ ਵੀ ਮਤਲਬ ਵੀ ਇਹਨਾਂ ਦੇ ਬੱਚੇ ਆਣ ਕੇ ਪਰਿਵਾਰ ਆਣ ਕੇ ਲੋਕਾਂ ਦੇ ਦੁੱਖ ਸੁੱਖ 'ਚ ਆਉਂਦੇ ਨੇ, ਲੋਕਾਂ ਦੇ ਕੰਮ ਕਰਦੇ ਨੇ, ਉਦੋਂ ਤਾਂ ਲੋਕ ਐਕਸਪੈਕਟ ਕਰਦੇ ਨੇ। ਅਤੇ ਫਿਰ ਕਹਿੰਦੇ ਨੇ ਵੀ ਇਹ ਰਾਜਨੀਤਿਕ ਲੋਕਾਂ ਦੇ ਬੱਚੇ ਪਰਿਵਾਰਾਂ 'ਚੋਂ ਕੀ ਆਉਂਦੇ ਆ। ਇਹ ਇੱਕ ਸਿਸਟਮ ਦੇ ਵਿੱਚ, ਡੈਮੋਕਰੇਟਿਕ ਸਿਸਟਮ ਦੇ ਵਿੱਚ ਤੁਸੀਂ ਕਿਸੇ ਨੂੰ ਬਲੋਕ ਨਹੀਂ ਕਰ ਸਕਦੇ। ਨਾਲੇ ਇੱਕ ਆਮ ਅਜੇ ਹੁਣ ਵਕੀਲ ਦਾ ਬੇਟਾ ਵਕੀਲ ਨਹੀਂ ਬਣ ਸਕਦਾ, ਡਾਕਟਰ ਦਾ ਬੇਟਾ ਡਾਕਟਰ ਨਹੀਂ ਬਣ ਸਕਦਾ। ਅਤੇ ਜੇ ਰਾਜਨੀਤਿਕ ਵਿਅਕਤੀ ਦਾ ਬੰਦਾ ਰਾਜਨੀਤੀ 'ਚ ਆਉਂਦਾ, ਹਾਂ ਅਨਡਿਊ ਫੇਵਰ ਤਾਂ ਨਹੀਂ ਗਲਤ ਆ, ਕਿਸੇ ਦਾ ਹੱਕ ਮਾਰ ਕੇ ਤੁਸੀਂ ਇਹ ਗੱਲ ਕਹੋ ਵੀ ਇਹ ਮੇਰਾ ਬੇਟਾ ਇਸੇ ਕਰਕੇ ਇਹਨੂੰ ਅੱਗੇ ਲਿਆਉਣਾ ਜੀ, ਉਹ ਗਲਤ ਆ। ਪਰ ਜੇ ਕੋਈ ਉਸ ਫੀਲਡ 'ਚ ਕੰਮ ਕਰਦਾ ਤੇ ਫਿਰ ਤਾਂ ਮੇਰਾ ਖਿਆਲ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਨਹੀਂ, ਮੈਂ ਤਾਂ ਇੱਕ ਤੁਹਾਡੇ ਨਾਲ ਗੱਲ ਕੀਤੀ, ਤੁਹਾਡਾ ਵਿਊਅਰਸ ਨੂੰ ਇਹ ਗੱਲ ਦੱਸਦਾ ਜੀ, ਕੋਈ ਮੈਂ ਫੇਵਰ ਨਹੀਂ ਕਰ ਰਿਹਾ ਤੁਹਾਡੀ ਜਾਂ ਕਿਸੇ ਹੋਰ ਪੋਲੀਟਿਕਲ ਲੀਡਰ ਦੀ। ਮੈਟਰ ਆਫ ਫੈਕਟ ਕਾਂਗਰਸ ਦੇ ਇੱਕ ਮੇਰੇ MLA ਦੋਸਤ ਨੇ, ਉਹਨਾਂ ਨੂੰ ਮੈਂ ਐਤਕੀ ਮਿਲ ਕੇ ਆਇਆ ਅਤੇ ਉਹ ਮੈਨੂੰ ਦੱਸਣ ਲੱਗੇ ਇਸ ਗੱਲ ਦੇ ਉੱਤੇ ਕਿ ਹਰ ਰੋਜ਼ ਸਵੇਰੇ 4 ਗੱਡੀਆਂ ਤਿਆਰ ਰਹਿੰਦੀਆਂ ਨੇ ਉਹਨਾਂ ਦੇ ਘਰ ਦੇ ਵਿੱਚ, ਇੱਕ ਉਹਨਾਂ ਦੀ, ਇੱਕ ਉਹਨਾਂ ਦੀ ਵਾਈਫ ਦੀ, ਇੱਕ ਉਹਨਾਂ ਦੀ ਬੇਟੇ ਦੀ, ਇੱਕ ਉਹਨਾਂ ਦੇ ਬ੍ਰਦਰ ਦੀ, ਕਿ ਤੁਹਾਡੇ ਫੰਕਸ਼ਨਸ ਹੀ ਇੰਨੇ ਨੇ। ਹਾਲਾਂਕਿ ਉਹ ਲੋਕਲ MLA ਨੇ, ਜੇ ਤੁਸੀਂ MP ਤਾਂ ਕਦੀ ਦਿੱਲੀ ਅਤੇ ਕਦੀ ਕਿਤੇ। ਸੋ ਵਿਊਜ਼ ਨੂੰ ਜਾਣਨਾ ਇਹ ਵੀ ਬਹੁਤ ਜ਼ਰੂਰੀ ਹੈ ਕਿ ਇਹ ਮਜ਼ਬੂਰੀ ਵੀ ਬਣ ਜਾਂਦੀ। ਮੈਂ ਸਮਝਦਾ ਹੁਣ ਸਾਡੇ ਵੀ ਹੁਣ 4-5 ਗੱਡੀਆਂ ਸਾਡੇ, ਮੈਂ ਆਪਦੀ ਦਾ ਸਾਡੇ ਚਾਰ, ਮੇਰੀ ਵਾਈਫ ਵੱਖਰੇ, ਦੋਏ ਬੇਟੇ ਵੱਖਰੇ, ਮੈਂ ਵੱਖਰਾ, ਪਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸੇ ਕੰਮ 'ਤੇ ਲੱਗੇ ਰਹੇ। ਹਰ ਪੋਲੀਟੀਕਲ ਬੰਦੇ ਦਾ ਹੀ ਹਾਲ ਆ। ਵੈਰੀ ਗੁੱਡ। ਅਗਲਾ ਸਵਾਲ ਸਰ, 10 ਸਾਲ ਰਾਜ ਕਰਨ ਤੋਂ ਬਾਅਦ 2017 'ਚ ਆਪਾਂ 3ਜੇ ਨੰਬਰ 'ਤੇ ਆਏ ਹਾਂ, ਔਰ ਅੱਜ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਕਿਸ ਸਥਿਤੀ 'ਚ ਪਾਉਂਦਾ ਹੈ? ਦੇਖੋ, ਵੱਡਾ ਕਾਰਨ ਜਿਹੜਾ ਅਕਾਲੀ ਦਲ ਦੀ ਜਿਹੜੀ ਵਿਕਾਸ ਦੇ ਕੰਮ ਸੀ, ਅਕਾਲੀ ਦਲ ਨੇ ਜਿਹੜੇ ਕੰਮ ਕੀਤੇ ਨਾ, ਉਹਨਾਂ ਦੇ ਅਗੇਂਸਟ ਨਹੀਂ ਇਹ ਵੋਟ ਪਈ। ਅਸਲ ਮੈਂ ਨਾ ਵਿੱਚ ਜਿਹੜਾ ਝੂਠ ਪ੍ਰਾਪੇਗੰਡਾ ਹੋਇਆ, ਪਰਸੈਪਸ਼ਨ ਐਸੀ ਬਣਾਤੀ ਗਲਤ ਪ੍ਰਾਪੇਗੰਡੇ ਦੇ ਅਸਰ ਹੇਠਾਂ, ਸੱਚ ਲੁਕ ਕੇ ਰਹਿ ਗਿਆ, ਜਾਂ ਅਸੀਂ ਸੋਸ਼ਲ ਮੀਡੀਆ ਵੱਲ ਧਿਆਨ ਨਾ ਦੇ ਸਕੇ, ਸ਼ੁਰੂ 'ਚ ਇਹਨੂੰ ਇਗਨੋਰ ਕਰ ਬੈਠੇ, ਅਸੀਂ ਸੱਚ ਸੁਣਾਉਣ ਦੇ ਵਿੱਚ ਨਾਕਾਮ ਰਹੇ, ਇਸ ਕਰਕੇ ਸੱਤਾ ਤੋਂ ਬਾਹਰ ਹੋਏ। ਅਦਰਵਾਈਜ਼ ਜਿੰਨਾ ਕੰਮ ਅਕਾਲੀ ਦਲ ਸਰਕਾਰ ਨੇ ਕੀਤਾ, ਮੇਰਾ ਖਿਆਲ ਸੱਤਾ ਤੋਂ ਕਦੇ ਲੈ ਨਹੀਂ ਸੀ ਸਕਦੀ। ਸੋ ਇਹ ਜਿਹੜਾ ਹੁਣ ਲੋਕਾਂ ਨੂੰ, ਦੂਜਾ ਇੱਕ ਕਾਰਨ ਹੋਰ ਵੀ ਸੀ, ਜਿਹੜਾ 10 ਸਾਲ ਲੰਮਾ ਰਾਜ ਰਿਹਾ ਅਕਾਲੀ ਦਲ ਦਾ, ਉਹਦੇ 'ਚ ਜਿਹੜੀ ਯੰਗ ਜਨਰੇਸ਼ਨ ਆ, ਜਿਹਨਾਂ ਨੇ ਪਹਿਲਾਂ ਕੋਈ ਰਾਜ ਨਹੀਂ ਸੀ ਦੇਖਿਆ, 10 ਸਾਲਾਂ 'ਚ ਜਿਹੜੇ ਨਵੇਂ ਵੋਟਰ ਬਣੇ ਉਹਨਾਂ ਦੀ ਗਿਣਤੀ ਜ਼ਿਆਦਾ ਸੀ, ਉਹ ਜੰਗਸਟਰ ਜਿਹੜੇ ਸੀ ਜਿਹਨਾਂ ਨੇ ਕੋਈ ਪਹਿਲਾਂ ਦੂਜਾ ਰਾਜ ਨਹੀਂ ਸੀ ਦੇਖਿਆ, ਉਹਨਾਂ ਨੂੰ ਇਹ ਲੱਗਿਆ ਵੀ ਇਹ ਰਾਜ ਤੋਂ ਚੰਗਾ ਰਾਜ ਕੋਈ ਹੋਰ ਦੇ ਸਕਦਾ, ਵੀ ਉਹਨਾਂ ਨੂੰ ਮਤਲਬ ਪਰਸੈਪਸ਼ਨ ਦਾ ਅਸਰ ਵੀ ਸੀ ਝੂਠੇ ਪ੍ਰਾਪੇਗੰਡੇ ਦਾ, ਇੱਕ ਉਹ ਨਵੀਂ ਕੋਈ ਚੀਜ਼ ਵੀ ਦੇਖਣੀ ਚਾਹੁੰਦਾ ਸੀ। ਪਰ ਜਦੋਂ ਦੂਜੇ ਪਾਸੇ ਦਿਖਿਆ, ਹੁਣ ਫਲੋਪ ਹੋ ਗਿਆ ਗੱਲ, ਵੀ ਇਹਦਾ ਇੱਥੇ ਤਾਂ ਟਿਕਟਾਂ ਹੀ ਵਿਕੀਆਂ, ਇੱਥੇ ਤਾਂ ਲੀਡਰ ਇੱਕ ਦੂਜੇ ਦੇ ਜੁੱਤੇ ਜੁੱਤੀ ਹੋਏ, ਆਮ ਪਾਰਟੀ ਦਾ ਜੋ ਜਨਾਜ਼ਾ ਨਿਕਲਿਆ, ਮਤਲਬ ਅਸੀਂ ਨਹੀਂ ਕਿਹਾ, ਉਹਨਾਂ ਦੇ ਆਪਦੇ ਲੀਡਰਾਂ ਨੇ ਇੱਕ ਦੂਜੇ 'ਤੇ ਦੋਸ਼ ਲਾਏ ਵੀ ਫਲਾਣੇ ਨੇ ਟਿਕਟਾਂ ਦੇ ਪੈਸੇ ਲਏ, ਫਲਾਣੇ ਨੇ ਇਹ ਕੀਤਾ, ਮਤਲਬ ਉਹਨਾਂ ਦੇ ਜਿਹੜਾ ਪਾਰਟੀ ਦਾ ਪ੍ਰਧਾਨ ਸੀ ਪੰਜਾਬ ਦਾ, ਉਹਨੇ ਦੋਸ਼ ਲਾਏ। ਸੋ ਇਹ ਜਦੋਂ ਇਹ ਜਨਾਜ਼ਾ ਨਿਕਲਿਆ ਅਤੇ ਫਿਰ ਉਹ ਜਿਹੜੇ ਰਿਜ਼ਲਟ ਜਿਹੜੇ ਜਿਸ ਤਰ੍ਹਾਂ ਦੇ ਆਏ, ਉਹਨਾਂ ਤੋਂ ਬਾਅਦ ਹੁਣ ਉਹ ਲੋਕ ਕੰਪੈਰੀਜ਼ਨ ਦੇਖ ਰਹੇ ਨੇ ਅੱਜ ਦੀ ਸਰਕਾਰ ਦੇ ਕੰਮਾਂ ਦਾ, ਅੱਜ ਪੰਜਾਬ ਦੇ ਪੋਲੀਟੀਕਲ ਇਕਨੋਮਿਕ ਸਿਸਟਮ ਦੇ ਨਿਘਾਰ ਨੂੰ ਦੇਖ ਕੇ, ਜਾਂ ਇਹ ਕਹਿ ਲਓ ਵੀ ਜਿਹੜੇ ਦੋਸ਼ ਅਕਾਲੀਆਂ 'ਤੇ ਲਾਏ, ਅੱਜ ਭਾਵੇਂ ਨਜਾਇਜ਼ ਮਾਈਨਿੰਗ ਦਾ ਸੀ, ਨਸ਼ਿਆਂ ਦਾ ਸੀ, ਲਾਅ ਐਂਡ ਆਰਡਰ 'ਤੇ ਜੋ ਵੀ ਲੱਗੇ, ਉਹ ਸਾਰਿਆਂ ਦਾ ਅੱਜ ਦੀ ਸਰਕਾਰ ਉਹਦੇ 'ਚ ਮੇਰਾ 100 ਗੁਣਾ ਵੱਧ ਲਿਪਤ ਹੋ ਕੇ ਰਹਿ ਗਈ। ਹੁਣ ਉਹਨਾਂ ਨੂੰ ਪਤਾ ਲੱਗ ਰਿਹਾ ਵੀ ਅਸਲੀ ਮੈਂ ਨਾ ਵਿੱਚ ਇਹ ਤਾਂ ਇਹਦੇ ਨਾਲ ਤਾਂ ਬਾਦਲ ਦਾ ਰਾਹ ਚੰਗਾ ਸੀ। ਫਾਰ ਇਗਜ਼ਾਮਪਲ, ਹੁਣ ਜਦੋਂ ਬਿਜਲੀ ਦੇ ਕੱਟ ਲੱਗਣ ਲੱਗ ਗਏ ਉੱਥੇ, ਹੁਣ ਲੋਕ ਆਮ ਗੱਲਾਂ ਲਾ ਕੇ ਕਰਨ ਵੀ ਜੇ ਬਾਦਲ ਹੁੰਦਾ ਘੱਟੋ ਘੱਟ ਬਿਜਲੀ ਤਾਂ ਨਿਕਲ ਜਾਂਦੀ ਸੀ, ਹੁਣ ਜਿਹੜਾ 5 ਘੰਟੇ ਦਾ ਸਫ਼ਰ 2.5 ਘੰਟੇ 'ਚ ਮੁੱਕਦਾ, ਜਿਹੜਾ ਜਾਂਦਾ ਇੱਕ ਵਾਰੀ ਤਾਂ ਜ਼ਰੂਰ ਕਹਿੰਦਾ ਯਾਰ ਵੀ ਆਹ ਤਾਂ ਅਕਾਲੀਆਂ ਨੇ ਕਮਾਲ ਕਰਦੇ। ਸੋ ਮੇਰਾ ਮਤਲਬ ਵੀ ਕੰਪੈਰੀਜ਼ਨ ਹੁਣ ਹੋਣ ਲੱਗਿਆ, ਹੁਣ ਕੰਪੈਰੀਜ਼ਨ ਤੋਂ ਬਾਅਦ ਹੁਣ ਪਤਾ ਲੱਗੂਗਾ ਵੀ ਚੰਗਾ ਕੌਣ ਆ ਮਾੜਾ ਕੌਣ। ਅਕਾਲੀ ਦਲ ਭਵਿੱਖ ਦੇ ਵਿੱਚ
ਟੋਟਲ ਪੰਥਕ ਏਜੰਡੇ 'ਤੇ ਵਾਪਸ ਜਾ ਸਕਦਾ? ਅਕਾਲੀ ਦਲ ਨੇ ਪੰਥਕ ਏਜੰਡਾ ਕਦੇ ਛੱਡਿਆ ਹੀ ਨਹੀਂ, ਕਿਉਂਕਿ ਅਕਾਲੀ ਦਲ ਇਹ ਮਹਿਸੂਸ ਕਰਦਾ ਵੀ ਜਿੱਥੇ ਕਿਸਾਨ, ਦੁਕਾਨਦਾਰ, ਵਪਾਰੀ, ਹਰ ਵਰਗ ਦਾ ਸਨਮਾਨ, ਹਰ ਧਰਮ ਦਾ ਸਨਮਾਨ ਕਰਨ ਦੀ ਜ਼ਿੰਮੇਵਾਰੀ ਆ ਬਤੌਰ ਪੋਲੀਟੀਕਲ ਪਾਰਟੀ ਦੇ, ਉੱਥੇ ਅਕਾਲੀ ਦਲ ਬਕਾਇਦਾ ਤੌਰ 'ਤੇ, ਸਿਧਾਂਤਕ ਤੌਰ 'ਤੇ, ਵਿਧਾਨਕ ਤੌਰ 'ਤੇ ਆਪਣੇ ਅਕਾਲੀ ਦਲ ਦੇ ਵਿਧਾਨ ਦੇ ਅਨੁਸਾਰ ਵੀ ਉਹ ਪੰਥਕ ਹਿੱਤਾਂ ਦੀ ਪਹਿਰੇਦਾਰ ਆ, ਪੰਥਕ ਸੋਚ ਦੀ ਪਹਿਰੇਦਾਰ ਆ, ਪੰਥਕ ਸੰਸਥਾਵਾਂ ਦੇ ਪਹਿਰੇਦਾਰ ਆ। ਇਹ ਅਕਾਲੀ ਦਲ ਨੇ ਕਦੇ ਲੁਕੋ ਕੇ ਨਹੀਂ ਰੱਖਿਆ, ਅਕਾਲੀ ਦਲ ਨੇ ਆਪਣੇ ਵਿਧਾਨ 'ਚ ਵੀ ਲਿਖਿਆ, ਅਕਾਲੀ ਦਲ ਨੇ ਜਦੋਂ ਵੀ ਕਿਤੇ ਚੁਣੌਤੀ ਆਈ, ਭਾਵੇਂ ਦੇਖੋ ਪੰਥਕ ਸਿਧਾਂਤ ਨੂੰ ਖੋਰਾ ਲਾਉਣ ਦੀ ਗੱਲ ਆਈ, ਪੰਥਕ ਸੰਸਥਾਵਾਂ 'ਤੇ ਕੋਈ ਸੱਟ ਮਾਰਨ ਦੀ ਗੱਲ ਆਈ, ਸਾਡੇ ਸੱਭਿਆਚਾਰ ਵਿਰਸੇ ਨੂੰ ਮਿਟਾਉਣ ਦੀ ਕਿਤੇ ਗੱਲ ਆਈ, ਸਾਡੀ ਭਾਸ਼ਾ 'ਤੇ ਕਿਤੇ ਹਮਲਾ ਹੋਇਆ, ਹੋਰ ਕੋਈ ਬੋਲਿਆ, ਅਕਾਲੀ ਬੋਲਦੇ ਨੇ, ਉਦੋਂ ਕੋਈ ਨਹੀਂ ਕਹਿੰਦਾ ਵੀ ਅਕਾਲੀ ਕਿਉਂ ਇਕੱਲੇ ਹੀ ਬੋਲਦੇ ਨੇ। ਅਤੇ ਅਕਾਲੀਆਂ ਨੇ ਹਮੇਸ਼ਾ ਪਹਿਰੇਦਾਰੀ ਕੀਤੀ ਹੈ, ਕੋਈ ਨਵੀਂ ਗੱਲ ਨਹੀਂ ਹੈ ਵੀ ਅੱਜ ਹੀ ਪੰਥਕ ਏਜੰਡੇ 'ਤੇ ਆਇਆ ਅਕਾਲੀ ਦਲ, ਹਮੇਸ਼ਾ ਅਕਾਲੀ ਦਲ ਪੰਥ ਲਈ। ਪ੍ਰੋਫੈਸਰ ਸਾਹਿਬ ਜੀ, ਇਹ ਗੱਲ ਹੈ ਫਿਰ ਅਸੀਂ ਧਾਰਾ 25 ਅਤੇ ਮੈਰਿਜ ਐਕਟ ਦੇ ਬਰਾਬਰ ਕਿਉਂ ਨਹੀਂ ਤੜਕੇ ਖੜਦੇ ਸੈਂਟਰ ਸਰਕਾਰ? ਦੇਖੋ ਕਈ ਇਸ਼ੂਜ਼ ਐਸੇ ਹੁੰਦੇ ਨੇ ਜਿਹੜੇ ਇਸ਼ੂਜ਼ ਨੂੰ ਅਸੀਂ ਹੌਲੀ ਹੌਲੀ ਮਾਇੰਡ 'ਚ ਪਾਉਣਾ ਹੁੰਦਾ। 25 ਧਾਰਾ ਬਾਰੇ ਉਦੋਂ ਗ੍ਰਿਫਤਾਰੀਆਂ ਦਿੱਤੀਆਂ, ਵਿਧਾਨ ਪਾੜਿਆ ਵੀ, ਸਾਡੇ ਲੀਡਰ ਅੰਦਰ ਵੀ ਗਏ, ਅਤੇ ਉਹ ਤੋਂ ਬਾਅਦ ਹਾਲਾਤ ਐਸੇ ਬਦਲੇ, 84 ਦਾ ਹਮਲਾ ਹੋ ਗਿਆ ਹੁੰਦੇ ਹੋਂਦੇ, ਹੁਣ ਮੌਕਾ ਮਿਲਿਆ। ਹੁਣ ਅਸੀਂ ਲੋਕ ਸਭਾ ਦੇ ਵਿੱਚ ਜਦੋਂ ਟ੍ਰਿਪਲ ਤਲਾਕ 'ਤੇ ਬਹਿਸ ਹੋਈ, ਉਦੋਂ ਮੈਂ ਹੀ ਮਸਲਾ ਉਠਾਇਆ, ਤੁਸੀਂ ਦੇਖਿਆ ਹੋਣਾ ਜੀ ਜੀ। ਮੈਂ ਉਦੋਂ ਕਿਹਾ ਵੀ ਜੇ ਮੁਸਲਮਾਨ ਔਰਤ, ਅਸੀਂ ਔਰਤ ਦੀ ਆਜ਼ਾਦੀ ਦੇ ਹੱਕ 'ਚ ਆ, ਅਸੀਂ ਇਸ ਗੱਲ 'ਤੇ ਵੀ ਹੱਕ 'ਚ ਆ, ਕੋਈ ਸਰਕਾਰ ਕਿਸੇ ਦੇ ਧਰਮ ਦੇ ਰਹੋ ਰੀਤਾਂ ਰਿਵਾਜ਼ਾਂ ਦੇ ਵੀ ਦਖਲ ਨਾ ਦੇਵੇ, ਭਾਵੇਂ ਅਸੀਂ ਭਾਈਵਾਲ ਹਾਂ, ਪਰ ਅਸੀਂ ਇਸ ਗੱਲ ਦਾ ਨਿੱਜੀ ਤੌਰ 'ਤੇ ਪਾਰਟੀ ਦੇ ਸਿਧਾਂਤਕ ਤੌਰ 'ਤੇ ਨਿੰਦਾ ਕਰਦੇ ਹਾਂ ਵੀ ਟ੍ਰਿਪਲ ਤਲਾਕ ਦੇ ਮਾਮਲੇ ਸਰਕਾਰ ਨੂੰ ਦਖਲ ਨਹੀਂ ਦੇਣਾ ਚਾਹੀਦਾ। ਪਰ ਈਵਨ ਦੈਨ ਵੀ ਔਰਤ ਦੀ ਆਜ਼ਾਦੀ 'ਤੇ ਅਸੀਂ ਹੱਕ 'ਚ ਹਾਂ, ਪਰ ਨਾਲ ਮੈਂ ਇਹ ਵੀ ਕਿਹਾ ਵੀ ਜੇ ਮੁਸਲਮਾਨ ਔਰਤ ਦੀ ਆਜ਼ਾਦੀ ਦਾ ਫਿਕਰ ਆ ਤਾਂ ਘੱਟੋ ਘੱਟ ਸਿੱਖਾਂ ਦੀ ਆਜ਼ਾਦੀ ਦਾ ਵੀ ਧਿਆਨ ਕਰੋ। 25 ਧਾਰਾ ਦੇ ਵਿੱਚ ਸਾਨੂੰ ਕਿਉਂ ਬੰਨ੍ਹ ਕੇ ਰੱਖਿਆ ਹੋਇਆ? 25 ਧਾਰਾ ਦੇ ਵਿੱਚ ਸਾਨੂੰ ਮਤਲਬ ਇੱਕ ਹਿੰਦੂ ਸ਼ਬਦ ਦੇ ਨਾਲ ਸਿੱਖਾਂ ਨੂੰ ਵੀ ਜੋੜਤਾ, ਈਸਾਈਆਂ, ਬੁੱਧਿਆਂ, ਜੈਨੀਆਂ ਨੂੰ ਵੀ ਜੋੜਤਾ, ਅਤੇ ਉਹਦੇ 'ਚ ਸਾਨੂੰ ਮਤਲਬ ਕੱਢੋ। ਸਾਡੇ ਰਿਵਾਜ਼ ਵੱਖਰੇ, ਸਾਡਾ ਪਹਿਰਾਵਾ ਵੱਖਰਾ, ਸਾਡੀ ਸ਼ਕਲ ਵੱਖਰੀ, ਸਾਡੇ ਗ੍ਰੰਥ ਸਾਹਿਬ ਵੱਖਰੇ, ਵੀ ਸਾਨੂੰ ਸਾਡਾ ਮੈਰਿਜ ਲਾ ਅਲੱਗ। ਮੈਂ ਬਲਕਿ ਇਹ ਵੀ ਕਿਹਾ ਵੀ ਸਾਡੇ ਆਨੰਦ ਕਾਰਜ ਦੇ ਐਕਟ ਦੇ ਤਹਿਤ ਦੇ ਆਨੰਦ ਕਾਰਜ ਜਿਹੜਾ ਹੈ ਉਹਦੇ ਮੁਤਾਬਕ ਡਾਈਵੋਰਸ ਦਾ ਥਾਂ ਹੀ ਨਹੀਂ, ਕਿਉਂਕਿ ਆਨੰਦ ਕਾਰਜ ਦਾ ਨਾਂ ਹੀ ਖੁਸ਼ੀ ਆ। ਅਤੇ ਜੇ ਤੁਸੀਂ, ਮੈਂ ਕਿਹਾ ਆਨੰਦ ਕਾਰਜ ਸਾਰਾ ਹਿੰਦੁਸਤਾਨ ਅਡੋਪਟ ਕਰ ਲਏ ਤਾਂ ਡਾਈਵੋਰਸ ਹੀ ਖਤਮ ਹੋਜੂਗਾ, ਮੈਂ ਪਰਿਵਾਰ ਹੀ ਸੁਖੀ ਵਸਣ ਲੱਗ ਜਾਣਗੇ। ਉਹ ਹਾਦਸਾ ਵੀ ਮੈਂ ਇਸ ਗੱਲ 'ਤੇ, ਉਹ ਤੋਂ ਬਾਅਦ ਅਸੀਂ ਇੱਥੇ ਨਹੀਂ ਚੁੱਪ ਰਹੇ, ਅਸੀਂ ਕਾਨੂੰਨ ਮੰਤਰੀ ਨੂੰ ਵੀ ਮਿਲੇ, ਗ੍ਰਹਿ ਮੰਤਰੀ ਨੂੰ ਵੀ ਮਿਲੇ, ਪਾਰਟੀ ਦਾ ਡੈਲੀਗੇਸ਼ਨ ਮਿਲਿਆ, ਪਾਰਟੀ ਦੇ ਪ੍ਰਧਾਨ ਨਾਲ ਗਏ, ਅਸੀਂ ਸਾਰੇ ਮਿਲ ਕੇ ਜ਼ੋਰ ਲਾਇਆ। ਪਰ ਉੱਥੇ ਇੱਕ ਸਮੱਸਿਆ ਆਈ, ਉਦੋਂ ਬਾਅਦ ਮਾਹੌਲ ਐਸਾ ਹੋਇਆ, ਕੋਈ ਸਾਰਸੀ ਲੋਕਾਂ ਨੇ, ਸਾਡੇ ਦਲਿਤ ਭਾਈਚਾਰੇ ਦੇ ਲੋਕ ਜਿਹੜੇ ਨੇ, ਸ਼ਡਿਊਲ ਕਾਸਟ ਲੋਕ ਨੇ, ਮਜ਼੍ਹਬੀ ਸਿੱਖ, ਵਾਲਮੀਕ ਸਿੱਖ, ਉਹਨਾਂ ਦੇ ਵੀ ਮਨ ਦੇ ਵਿੱਚ ਪਾਤੀ ਵੀ ਜਿਹੜੀ ਰਿਜ਼ਰਵੇਸ਼ਨ ਆ ਤੁਹਾਡੀ ਉਹ ਖਤਮ ਹੋ ਜਾਏਗੀ ਜੇ 25 ਧਾਰਾ ਸੋਧ ਕਰਦੀ। ਅਸੀਂ ਬੜਾ ਸਮਝਾਇਆ ਪਰ ਉਹਨਾਂ ਦੇ ਮਨ ਦੇ ਵਿੱਚੋਂ ਗੱਲ ਨਿਕਲੀ ਨਹੀਂ, ਉਹ ਮਤਲਬ ਉਹ ਇੱਕ ਗੱਲ ਅੰਦਰੇ ਅੰਦਰ ਇੰਨੀ ਫੈਲਣ ਲੱਗੀ, ਇੱਕ ਮਤਲਬ ਇੱਕ ਕਿਸਮ ਦਾ ਟਕਰਾਅ ਵਾਲੀ ਸਿਚੁਏਸ਼ਨ ਬਣ ਦਾ ਚਾਂਸ ਬਣ ਗਿਆ। ਫਿਰ ਅਸੀਂ ਹੱਲ ਦੀ ਘੜੀ ਉਹਦੇ 'ਤੇ ਥੋੜ੍ਹਾ ਜਿਹਾ ਚੁੱਪ ਵੱਟੀ ਵੀ ਇਹਦਾ ਕੋਈ ਨਾ ਕੋਈ ਕਾਨੂੰਨੀ, ਉਹਨਾਂ ਨੂੰ ਕਾਨੂੰਨੀ ਤੌਰ 'ਤੇ ਵੀ ਸਮਝਾਇਆ, ਉਹਨਾਂ ਨੂੰ ਮਿਲ ਕੇ ਵੀ ਸਮਝਾਇਆ, ਪਰ ਸਾਡੀ ਪਾਰਟੀ ਦੇ ਲੀਡਰ ਨਹੀਂ ਮੰਨੇ ਉਹਨਾਂ 'ਚ ਜਿਹੜੇ ਐਸ ਸੀ ਭਾਈਚਾਰੇ ਨੂੰ ਰਿਪ੍ਰਜੈਂਟ ਕਰਦੇ ਸੀ। ਅਤੇ ਅਜੇ ਉਹਦੇ 'ਚ ਅਸੀਂ ਅਜੇ ਹੁਣ ਵੀ ਕੋਸ਼ਿਸ਼ ਕਰਦੇ ਹਾਂ ਵੀ ਉਹਦੇ ਸਾਰੇ ਵੇ ਆਊਟ ਕੱਢੇ ਜਾਣ, ਉਹਦਾ ਸਾਰਾ ਕਨਵਿੰਸ ਕਰਾ ਕੇ, ਪਰ ਕਿਉਂਕਿ ਜੇ ਕੋਈ ਇਸ ਤਰ੍ਹਾਂ ਦਾ ਟਕਰਾਅ ਬਣਦਾ ਸੀ ਉਹਦਾ ਫਾਇਦਾ ਕਾਂਗਰਸ ਨੇ ਉਠਾਉਣਾ ਸੀ। ਆ ਹੁਣ ਸੁਪਰੀਮ ਕੋਰਟ ਦੇ ਮਸਲੇ ਦੇ ਵਿੱਚ ਜਿਹੜਾ ਐਸ ਸੀ ਦੇ ਮਸਲੇ ਦੇ ਵਿੱਚ ਹੋਇਆ ਫੈਸਲਾ, ਹੁਣ ਨਾ ਤਾਂ ਮੋਦੀ ਸਾਹਿਬ ਦਾ ਕਸੂਰ ਆ ਉਹਦੇ 'ਚ, ਨਾ ਮੋਦੀ ਸਾਹਿਬ ਨੇ ਫੈਸਲਾ ਕਰਾਇਆ, ਉਹਨਾਂ ਦਾ ਸਿਰਫ ਸੁਪਰੀਮ ਕੋਰਟ ਨੇ ਫੈਸਲਾ ਕਰਤਾ ਵੀ ਨਜਾਇਜ਼ ਨਾ ਬਣੇ ਕਿਸੇ 'ਤੇ, ਉਹਦੀ ਜਾਂਚ ਕਰਕੇ ਕੇਸ ਦਰਜ ਹੋਵੇ। ਪਰ ਰੌਲਾ ਇੰਨਾ ਪੈ ਗਿਆ ਵੀ ਮੋਦੀ ਨੇ ਕਰਾਤਾ ਜੀ, ਮੋਦੀ ਨੇ ਕਰਾਤਾ ਜੀ। ਤੋ ਅਸੀਂ ਚਾਹੁੰਦੇ ਸੀ ਵੀ ਕਿਤੇ ਐਸਾ ਨਾ ਹੋਵੇ ਵੀ ਕਾਂਗਰਸ ਇਸ ਭਾਈਚਾਰੇ ਨੂੰ ਸਾਡੇ ਵਿਰੁੱਧ ਖੜਾ ਕਰਦੇ, ਉਹ ਉਹਦੇ ਕਰਕੇ ਅਸੀਂ ਥੋੜ੍ਹਾ ਜਿਹਾ ਸਲੋਅ ਕੀਤਾ। ਤੁਹਾਡੀਆਂ ਤਕਰੀਰਾਂ ਦਾ, ਤੁਹਾਡੀ ਪਾਰਲੀਮੈਂਟ ਦੇ ਵਿੱਚ ਕਾਰਜਕਾਰੀ ਰਿਪ੍ਰਜੈਂਟਿੰਗ ਦੀ ਇਸ਼ੂਜ਼ ਆਫ ਪੰਜਾਬ ਜਿਹੜੇ ਨੇ ਉਹਦੇ 'ਤੇ ਕੋਈ ਕਿੰਤੂ ਪਰੰਤੂ ਵਾਲੀ ਕੋਈ ਗੱਲ ਨਹੀਂ, ਤੁਹਾਨੂੰ ਵਾਜੇ ਪੰਜਾਬ ਇਸ ਕਰਕੇ ਕਿਹਾ ਜਾਂਦਾ, ਪਰ ਖਾਸ ਤੌਰ 'ਤੇ ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ, ਤੁਹਾਨੂੰ ਸਨਮਾਨਿਤ ਕੀਤਾ ਗਿਆ ਸ੍ਰੇਸ਼ਟ ਸਾਂਸਦ ਪੁਰਸਕਾਰ ਦੇ ਨਾਲ ਮਾਰਚ ਦੇ ਵਿੱਚ। ਬਹੁਤ ਬਹੁਤ ਵਧਾਈ ਤੁਹਾਨੂੰ ਸਰ ਇਸ ਚੀਜ਼ ਦੀ। ਛੋਟੀ ਜਿਹੀ ਬ੍ਰੇਕ ਜੀ, ਅਤੇ ਉਦੋਂ ਬਾਅਦ ਆਪਾਂ ਰੈਪ ਕਰਦੇ ਹਾਂ। ਦੋ ਸਵਾਲ ਹੋਰ। ਥੈਂਕ ਯੂ ਵੈਰੀ ਮੱਚ ਐਂਡ ਪਲੀਜ਼ ਸਟੇ ਵਿਦ ਅਸ। ਹਾਈ, ਮਾਈ ਨੇਮ ਇਜ਼ ਕੁਲਦੀਪ ਗਿੱਲ, ਹਮ ਬ੍ਰੋਕਰ ਆਫ ਸਕਾਈ ਰਿਅਲਟੀ। The reason we are so successful, because client trust us. I've been doing this my whole life. My team is my wife,
my office manager and my agents. We look forward to earn your business and we do speak your language. Thank you. ਸਦਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਹਾਜ਼ਰ ਨੇ ਜੀ ਔਰ ਇੰਟਰਵਿਊ ਬੜਾ ਛੋਟਾ ਟਾਈਮ ਦਿੱਤਾ ਪਹਿਲਾਂ ਮੈਂ ਇਹਨਾਂ ਦਾ ਬਹੁਤ ਰਿਣੀ ਆ ਧੰਨਵਾਦੀ ਇਸ ਗੱਲ ਦਾ ਕਿ ਇਹਨਾਂ ਨੇ ਆਪਣੇ ਬਿਜ਼ੀ ਸਕੈਜੂਲ 'ਚੋਂ ਸਾਨੂੰ ਬਹੁਤ ਥੋੜ੍ਹਾ ਟਾਈਮ ਦਿੱਤਾ ਬਹੁਤ ਸਵਾਲ ਪੁੱਛਣੇ ਨੇ ਪਰ ਇਸ ਵਾਅਦੇ ਦੇ ਨਾਲ ਇਹਨਾਂ ਨੂੰ ਆਪਾਂ ਜਾਣ ਦੇਣਾ ਕਿ ਨੈਕਸਟ ਟਾਈਮ ਇਹ ਆਪਣੇ ਕੋਲ ਮਾਈ ਟੀ ਵੀ ਸਟੂਡੀਓ ਦੇ ਵਿੱਚ ਆ ਕੇ ਇੱਕ ਲੰਮੀ ਇੰਟਰਵਿਊ ਦੇਣਗੇ ਜ਼ਰੂਰ ਇਟਸ ਅ ਪ੍ਰੋਮਿਸ ਸਰ ਜਾਂਦਿਆਂ ਜਾਂਦਿਆਂ ਬਾਕੀ ਸਾਰੇ ਮੈਂ ਕੱਟ ਤੇ ਤੁਹਾਡੇ ਅੱਗੇ ਜੋ ਹੈ ਜਾਂਦਿਆਂ ਜਾਂਦਿਆਂ ਅੱਜ ਦੀ ਤਰੀਕ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਐਜ਼ ਏ ਐਮ ਪੀ ਪੋਲੀਟੀਸ਼ੀਅਨ ਐਜ਼ ਏ ਪੰਜਾਬੀ ਪੁੱਤ ਐਜ਼ ਏ ਸਿੱਖ ਪੁੱਤ ਆਪਣੇ ਆਪ ਨੂੰ ਕਿੰਨਾ ਸੰਤੁਸ਼ਟ ਮਹਿਸੂਸ ਕਰਦਾ ਦੇਖੋ ਅਸੀਂ ਇਸ ਗੱਲ ਦਾ ਤਾਂ ਮਾਣ ਮਹਿਸੂਸ ਕਰਦੇ ਹਾਂ ਕਿ ਸਾਨੂੰ ਮੌਕਾ ਮਿਲਿਆ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਖਾਸ ਤੌਰ 'ਤੇ ਮੈਨੂੰ ਆਪਣੇ ਖਾਲਸਾ ਪੰਥ ਦੇ ਬਹੁਤ ਸਾਰੇ ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਵਾਰਤਾ ਸੁਣਾਉਣ ਦਾ ਉਹਨਾਂ ਨੂੰ ਸਤਿਕਾਰ ਭੇਟ ਕਰਨ ਦਾ ਸ਼ਹੀਦ ਭਗਤ ਸਿੰਘ ਵਿਖੇ ਦਸ ਹੋਰਾਂ ਦੀਆਂ ਕੁਰਸੀਆਂ ਜਿੱਥੋਂ ਉਹਨਾਂ ਨੇ ਬੰਬ ਸੁੱਟਿਆ ਪਾਰਲੀਮੈਂਟ ਦੇ ਹਾਊਸ ਦੇ ਵਿੱਚ ਹਾਲ ਦੇ ਵਿੱਚ ਉਹ ਥਾਂ ਰਿਜ਼ਰਵ ਕਰਾਉਣ ਦਾ ਸ਼ਹੀਦ ਊਧਮ ਸਿੰਘ ਦਾ ਪੁੱਤ ਜਲ੍ਹਿਆਂਵਾਲੇ ਬਾਗ ਦੇ ਵਿੱਚ ਲਾਉਣ ਦਾ ਐਸੇ ਇਤਿਹਾਸਿਕ ਮਤਲਬ ਇਸ਼ੂ ਜਿਹੜੇ ਨੇ ਇਹ ਉਠਾਉਣ ਦਾ ਮੌਕਾ ਮਿਲਿਆ ਇਹਦੀ ਬੜੀ ਵੱਡੀ ਤਸੱਲੀ ਆ ਸਭ ਤੋਂ ਵੱਧ ਤਸੱਲੀ ਮੈਨੂੰ ਆਪਣੇ ਆਪ 'ਚ ਇਸ ਗੱਲ ਦੀ ਆ ਵੀ ਦੋ ਵਾਰ ਮੈਂ ਮੈਂਬਰ ਪਾਰਲੀਮੈਂਟ ਪਹਿਲਾਂ ਵੀ ਰਿਹਾ ਤੁਹਾਨੂੰ ਪਤਾ ਪਟਿਆਲੇ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਇਆ ਮੈਂ ਕੋਈ ਸ਼ੱਕ ਨਹੀਂ ਪਰ ਸਹੀ ਮੈਂ ਨਾ ਵਿੱਚ ਦੋ ਵਾਰੀ ਐਮ ਪੀ ਬਣ ਕੇ ਇੰਨੀ ਸੰਤੁਸ਼ਟੀ ਜਾਂ ਮਾਣ ਮੈਂ ਮਹਿਸੂਸ ਨਹੀਂ ਸੀ ਕਰਦਾ ਜਿੰਨਾ ਸ੍ਰੀ ਅਨੰਦਪੁਰ ਸਾਹਿਬ ਤੋਂ ਐਮ ਪੀ ਬਣ ਕੇ ਮਾਣ ਮਹਿਸੂਸ ਕਰਦਾ ਕਿਉਂਕਿ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੀ ਪਵਿੱਤਰਤਾ ਇਤਿਹਾਸ ਇਸ ਦੇਸ਼ ਨੂੰ ਜਿਹੜੇ ਦੇਸ਼ 'ਚ ਅਸੀਂ ਰਹਿੰਦੇ ਹਾਂ ਉਹਦੇ ਵਿੱਚ ਬਹੁਤ ਵੱਡਾ ਉਹਦਾ ਯੋਗਦਾਨ ਆ ਉਸ ਧਰਤੀ ਦਾ ਮੈਂ ਆਮ ਤੌਰ 'ਤੇ ਕਹਿੰਦਾ ਵੀ 70 ਸਾਲਾਂ 'ਚ ਸ਼ਾਇਦ 7 ਵਾਰੀ ਵੀ ਸ਼੍ਰੀ ਅਨੰਦਪੁਰ ਸਾਹਿਬ ਦਾ ਨਾਂ ਭਾਰਤ ਦੀ ਪਾਰਲੀਮੈਂਟ ਵਿੱਚ ਨਾ ਆਇਆ ਹੋਵੇ ਜਿਹੜਾ ਹੁਣ 4 ਸਾਲਾਂ ਵਿੱਚ ਕਮ ਸੇ ਕਮ 1000 ਵਾਰੀ ਆ ਗਿਆ ਹੋਣਾ ਸੋ ਇਸ ਗੱਲ ਦੀ ਮੈਨੂੰ ਬਹੁਤ ਸੰਤੁਸ਼ਟੀ ਅਤੇ ਮਾਣ ਆ ਅਤੇ ਕੋਸ਼ਿਸ਼ ਕੀਤੀ ਆ ਔਰ ਆਪਣੀ ਕੋਸ਼ਿਸ਼ 'ਤੇ ਪੂਰੀ ਮੈਨੂੰ ਤਸੱਲੀ ਆ ਬੜੇ ਹਾਰਡ ਸਵਾਲ ਸੀ ਪ੍ਰੋਫੈਸਰ ਸਾਹਿਬ ਬਟ ਵੀ ਆਰ ਵੈਰੀ ਲਿਮਿਟ ਟਾਈਮ ਥੈਂਕ ਯੂ ਵੈਰੀ ਮਚ ਸਰ ਔਰ ਅੱਜ ਸਾਡੀ ਇਹ ਪਹਿਲੀ ਇੰਟਰਵਿਊ ਜੀ ਮਾਈ ਟੀ ਵੀ ਸਾਡੇ ਪੋਲੀਟੀਕਲ ਸ਼ਖਸੀਅਤਾਂ ਨਾਲ ਜੋ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬੀਅਤ ਅਤੇ ਪੰਜਾਬੀਆਂ ਦੀ ਸੇਵਾ ਕਰ ਰਹੇ ਨੇ ਫਸਟ ਬਟ ਡੈਫੀਨੇਟਲੀ ਨਾਟ ਲਾਸਟ ਸੋ ਮਿਲਦੇ ਰਹਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਡੇ ਸਾਰੇ ਵੱਲੋਂ ਦੋਨਾਂ ਭਰਾਵਾਂ ਵੱਲੋਂ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ